नशे ताकत दी विच जिहड़ा चूर हो जाए भुल जांदा अपनी औकात बंदा। नशे ताकत दी विच जिहड़ा चूर हो जाए भुल जांदा अपनी औकात बंदा। उच्ची कुल दे विच होवे भावें जम्मिया ते हो जांदा है ओ बदजात बंदा। समा उहदा ना जदों मकूल होवे ते फिर दर दर मंगदा ओ खैरात बंदा। ठिब्बी वक्त दी जदों उहनूं आण वजदी ते फिर लभदा फिरे तरवास बंदा, फिर लभदा फिरे तरवास बंदा। बहुत ही वधिया लाइनां नाल मैं हाजिर हाँ जी जगतार सिंह जग्गी। सब तो पहला जस पंजाबी देखण वाले ते पंजाबी माँ बोली नूं प्यार करन वाले प्यारे प्यारे पंजाबियों नूं मेरे वलों हमेशा दी तरह प्यार भरी सति श्री अकाल, नमस्कार, अदाब, सलाम, हैलो है ते नाल दी नाल बहुत बहुत निघा स्वागत अज दे इस लाइव शो दे विच। लाइव शो लैके एक बार फिर हाजिर हाँ जी जिहदे विच तुहाडियां कालां वी लईदियां, सारी गलबात करीदी आ। पर अजकल दे लाइव शो जिहड़े हैगे ने ओह वी तकरीबन याद आ रहा मैनू लगभग साल कु पहलां दा समां, उदों भी इहो जिहा माहौल हुंदा सी कि कोई भी प्रोग्राम लै के आईदा सी तां कई वारी कोई विशा वस्तु तैयार तुर करके आना, थोड़ी बहुत तैयारी करके जानकारी इकट्ठी करके भी चलो अज आह गल सांझी करांगे साडे दर्शकां दे नाल। पर मुड़ के माहौल ऐसा बन जांदा जां समां ऐसा हुंदा कि वह गल जिहड़ी नहीं हुंदी ते समें दी गल मौके दी करनी पैंदी आ ते खैर करनी चाहीदी भी मेरे हिसाब दे नाल। ਜਦੋਂ ਸਾਰੀ ਦੁਨੀਆ ਉਹ ਗੱਲ ਕਰ ਰਹੀ ਹੈ ਤਾਂ ਅਸੀਂ ਕਿਸੇ ਹੋਰ ਹੀ ਪਾਸੇ ਆਪਣਾ ਟਰੈਕਟਰ ਭਜਾਈ ਫਿਰੀਏ ਤਾਂ ਉਹ ਚੰਗਾ ਜਿਹਾ ਵੀ ਨਹੀਂ ਲੱਗਦਾ। ਸੋ ਗੱਲ ਕਰੀਏ ਜੀ ਸਭ ਤੋਂ ਪਹਿਲਾਂ ਜਿਹੜੀ ਅਕਸਰ ਕਰੀਦੀ ਹੈ ਅਤੇ ਅੱਜ ਕੱਲ੍ਹ ਕਰਨੀ ਵੀ ਬਣਦੀ ਹੈ, ਉਹਦੇ ਨਾਲ ਥੋੜ੍ਹਾ ਬਹੁਤ ਲੋਕ ਅਵੇਅਰ ਵੀ ਹੁੰਦੇ ਨੇ ਅਤੇ ਨਾਲ ਦੀ ਨਾਲ ਸਾਡੇ ਦਰਸ਼ਕ ਸੁਣਨਾ ਵੀ ਜ਼ਰੂਰ ਚਾਹੁੰਦੇ ਨੇ ਉਹ ਗੱਲਾਂ ਬਾਤਾਂ। ਕਰੋਨਾ ਦੀ ਗੱਲ ਕਰਦੇ ਜੀ ਪਹਿਲਾਂ, ਫਿਰ ਭਾਰਤ ਦੇ ਵਿੱਚ ਜਿਹੜਾ ਬੁਰਾ ਹਾਲ ਹੈਗਾ ਉਹ ਆਪਾਂ ਨੂੰ ਪਤਾ। ਚਾਰ ਚੁਫੇਰੇ ਬਹੁਤ ਸਾਰੇ ਲੋਕ ਜਿਹੜੇ ਜਾਣ ਪਛਾਣ ਵਾਲਿਆਂ ਦੇ ਵੀ ਫੋਨ ਆ ਰਹੇ ਨੇ ਜੀ ਸਾਡੇ ਪੰਜ ਬੰਦੇ ਇਫੈਕਟਿਵ ਨੇ, ਸਾਡੇ ਚਾਰ ਬੰਦੇ ਇਫੈਕਟਿਵ ਨੇ, ਸਾਡੇ ਇਹਦੀ ਡੈਥ ਹੋ ਗਈ, ਸਾਡੇ ਉਹਦੀ ਡੈਥ ਹੋ ਗਈ। ਕਰੋਨਾ ਚਲੋ ਅਸੀਂ ਕਹਿ ਸਕਦੇ ਹਾਂ ਕੁਦਰਤੀ ਆਫਤ ਹੈਗੀ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਅੱਜ ਵੀ ਤਾਂ ਮੈਂ ਇੱਕ ਤਾਂ ਗੱਲ ਕਰਨ ਦਾ ਇਹ ਵੀ ਕਾਰਨ ਹੈਗਾ। ਕੱਲ੍ਹ ਮੈਂ ਗੱਲ ਕੀਤੀ ਸੀ ਪਰ ਉਸ ਵਿਸ਼ੇ 'ਤੇ ਕੋਈ ਗੱਲ ਜ਼ਿਆਦਾ ਨਹੀਂ ਹੋ ਸਕੀ ਅਤੇ ਦੂਜਾ ਕਾਲਾਂ ਜਿਹੜੀਆਂ ਉਹ ਨਹੀਂ ਲੈ ਹੋਈਆਂ ਸੀਗੀਆਂ। ਸੋ ਸਾਨੂੰ ਬਹੁਤ ਸਾਰੀਆਂ ਦਰਸ਼ਕਾਂ ਦੀਆਂ ਕਾਲਾਂ ਵੀ ਆਈਆਂ, ਸੁਨੇਹੇ ਵੀ ਆਏ ਵੀ ਚਲੋ ਅਸੀਂ ਉਸ ਟੋਪਿਕ 'ਤੇ ਗੱਲ ਕਰਨਾ ਚਾਹੁੰਦੇ ਸੀਗੇ, ਚਲੋ ਜਦੋਂ ਟੋਪਿਕ ਹੀ ਉਹ ਚੱਲਦਾ ਤਾਂ ਉੱਤੇ ਗੱਲ ਕਰਨੀ ਹੀ ਬਣਦੀ ਆ। ਉਹਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਕਰੋਨਾ ਵਾਲੇ ਜਾਂ ਜੋ ਅੱਜ ਦੇ ਵਿਸ਼ੇ 'ਤੇ ਗੱਲ ਕਰਨ ਤੋਂ ਪਹਿਲਾਂ ਜਿਹੜੀ ਇੱਕ ਦੋ ਹੋਰ ਗੱਲਾਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਭਾਰਤ ਦੀ ਗੱਲ ਕਰੀਏ ਤਾਂ ਇਹ ਗੱਲ ਜਮ੍ਹਾਂ ਹੀ ਸਮਝ ਤੋਂ ਬਾਹਰ ਹੈ, ਕੌਣ ਸੱਚਾ ਕੌਣ ਝੂਠਾ, ਕਿਹਦੇ ਹੱਕ ਦੀ ਗੱਲ ਕਰੀਏ, ਕਿਹਨੂੰ ਕਹੀਏ ਭਾਈ ਤੂੰ ਮਾੜਾ ਅਤੇ ਕਿਹਨੂੰ ਕਹੀਏ ਤੂੰ ਚੰਗਾ। ਲੋਕ ਮਾੜੇ ਨੇ, ਸਰਕਾਰਾਂ ਮਾੜੀਆਂ ਨੇ, ਪੁਲਿਸ ਮਾੜੀ ਹੈ, ਕੌਣ ਮਾੜਾ, ਅਸੀਂ ਮਾੜੇ, ਤੁਸੀਂ ਮਾੜੇ, ਕੋਈ ਗੱਲ ਸਮਝ ਨਹੀਂ ਆਉਂਦੀ। ਲੋਕਡਾਊਨ ਕਿਹਦੇ ਲੱਗ ਜਾਂਦਾ ਉੱਥੇ 5 ਵਜੇ 5-6 ਵਜੇ ਹੁਣ ਲੱਗਦਾ ਲੋਕਡਾਊਨ ਸਾਰੇ ਪੰਜਾਬ ਦੇ ਵਿੱਚ। ਅਤੇ ਕੱਲ੍ਹ ਦੀ ਗੱਲ ਹੈ ਅਤੇ ਰਾਤ ਨੂੰ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਸੀਗੀ। ਹੁਣ ਲੋਕਡਾਊਨ ਜਿਹੜਾ ਬਾਹਰ ਹੈ, ਸ਼ੂਟਿੰਗ ਉਹ ਆਪਣੇ ਕਿਸੇ ਅੰਦਰ ਕਰ ਰਹੇ ਹੋਣਗੇ, ਘਰ ਦੇ ਅੰਦਰ ਕਰ ਰਹੇ ਸੀ ਜਾਂ ਕਿਤੇ ਮਤਲਬ ਅੰਦਰ ਸੀ ਸ਼ੂਟਿੰਗ, ਬਾਹਰ ਸੜਕ 'ਤੇ ਨਹੀਂ ਸੀ ਸ਼ੂਟਿੰਗ, ਕਿਸੇ ਅੰਦਰ ਸੀ, ਇਨਡੋਰ ਸ਼ੂਟਿੰਗ ਜਿਹਨੂੰ ਅਸੀਂ ਕਹਿ ਦਿੰਦੇ ਉਹ ਸੀਗੀ। ਜਿੰਮੀ ਸ਼ੇਰਗਿੱਲ ਵਗੈਰਾ ਸ਼ੂਟਿੰਗ ਕਰ ਰਹੇ ਸੀ ਤਾਂ ਉਹਨਾਂ ਨੂੰ ਜਾ ਕੇ ਪੁਲਿਸ ਨੇ ਫੜ ਲਿਆ, ਉਹਨਾਂ 'ਤੇ ਕੇਸ ਦਰਜ ਕਰਤਾ। ਹੁਣ ਇੱਥੇ ਇਹ ਨਹੀਂ ਸਮਝ ਆਉਂਦੀ ਵੀ ਲੋਕਡਾਊਨ ਘਰਾਂ ਦੇ ਅੰਦਰ ਵੀ ਲੱਗਿਆ ਜਾਂ ਬਾਹਰ ਲੱਗਿਆ, ਉਹਨਾਂ ਨੂੰ ਫੜ ਕੇ ਉਹਨਾਂ 'ਤੇ ਪਰਚਾ ਦਰਜ ਹੋ ਗਿਆ, ਔਰ ਇਹਦੀ ਗੱਲ ਦੀ ਸਮਝ ਨਹੀਂ। ਉਹਨਾਂ ਦਾ ਕਸੂਰ ਹੈ, ਸਰਕਾਰ ਦਾ ਕਸੂਰ ਹੈ ਕਿ ਪੁਲਿਸ ਜਿਹੜੀ ਆ ਉਹ ਲਈ ਫਿਰਦੀ। ਦੂਜਾ ਇੱਕ ਕਰੋਨਾ ਭਜਾਉਣ ਦਾ ਤਰੀਕਾ ਜਿਹੜਾ ਆਪਾਂ ਪਹਿਲਾਂ ਵੀ ਦੇਖਿਆ, ਥਾਲੀਆਂ ਵਜਾਓ ਅਤੇ ਤਾਲੀਆਂ ਵਜਾਓ, ਉਹਨਾਂ ਖੈਰ ਕਰੋਨਾ ਭੱਜਿਆ ਨਹੀਂ, ਮੇਰੇ ਖਿਆਲ ਉਦੋਂ ਭੱਜ ਗਿਆ ਸੀ, ਫਿਰ ਦੂਜੀ ਪੂਰੀ ਸਪੀਡ ਦੇ ਨਾਲ ਫਿਰ ਆ ਗਿਆ ਉਹ ਥਾਲੀਆਂ ਤੋਂ। ਕਿਸੇ ਨੇ ਫੇਸਬੁੱਕ 'ਤੇ ਫੋਟੋ ਪਾਈ ਸੀ, ਦਿਖਾਊਂਗਾ ਤੁਹਾਨੂੰ, ਸੂਤ ਲੱਗਿਆ ਕਿਸੇ ਨੇ ਇੱਕ ਜਿਹੜਾ ਵਨ ਮਨੋਚੀ ਨੂੰ ਅਸੀਂ ਕਹਿੰਦੇ ਚਿੰਪੈਜੀ, ਉਹ ਥਾਲੀ ਲੈ ਕੇ ਬੈਠਾ ਅਤੇ ਉਹ ਨਾਲ ਥੱਲੇ ਕੈਪਸ਼ਨ ਲਿਖਿਆ ਜੀ ਭਾਈ ਸਾਹਿਬ ਅਬ ਇਸਕੋ ਕਬ ਜਾਣਾ ਹੈ, ਅਤੇ ਉਹ ਪਹਿਲਾਂ ਲੈ ਕੇ ਬੈਠਾ। ਅਤੇ ਉਦੋਂ ਬਾਅਦ ਇਹਦੇ 'ਚ ਵੀ ਹੁਣ ਮੈਨੂੰ ਸਮਝ ਨਹੀਂ ਆਈ ਅਗਲੀ ਜਿਹੜੀ ਮੈਂ ਗੱਲ ਦੱਸਣੀ ਆ ਵੀ ਕਸੂਰ ਉਹਦੇ 'ਚ ਵੀ ਕਿਹਦਾ। ਵੀਡੀਓ ਸਾਡੇ ਦਰਸ਼ਕਾਂ ਦੇਖਿਓ, ਮੈਨੂੰ ਵੀਡੀਓ ਲੱਭੀ ਨਹੀਂ ਵਧੀਆ, ਉਹ ਮੈਂ ਉਹ ਦਿਖਾਉਣੀ ਸੀਗੀ ਕਿ ਰੇਹੜੀਆਂ ਲੱਗੀਆਂ ਨੇ ਸਬਜ਼ੀਆਂ ਦੀਆਂ, ਫਰੂਟ ਵਾਲੀਆਂ ਦੀਆਂ, ਜਿਹੜੇ ਫਰੂਟ ਵਾਲੇ ਸਬਜ਼ੀ ਮੰਡੀ ਤੋਂ ਰੇਹੜੀ ਫਰੂਟ ਲਿਆ ਕੇ ਸਬਜ਼ੀ ਲਿਆ ਕੇ ਅਤੇ ਮੁੜ ਕੇ ਵੇਚਦੇ ਨੇ, ਰੇਹੜੀ ਲਾ ਕੇ ਅਤੇ ਲੋਕ ਉਹਨਾਂ ਕੋਲ ਖਰੀਦਦੇ ਨੇ। ਲੋਕਡਾਊਨ ਤੋਂ ਪਹਿਲਾਂ ਦੀ ਗੱਲ ਹੈ, ਪਰ ਬਾਅਦ ਦੀ ਗੱਲ ਹੈ। ਅਤੇ ਉਹ ਰੇਹੜੀਆਂ ਪੁਲਿਸ ਵਾਲੇ ਚੱਕ ਚੱਕ ਕੇ ਸੁੱਟ ਰਹੇ ਨੇ ਸਮਾਨ, ਸੜਕ ਦੇ ਉੱਪਰ ਢੇਰੀ ਕਰ ਰਹੇ ਨੇ ਸਾਰਾ, ਉਹਨਾਂ ਦੇ ਉੱਪਰੋਂ ਰੇਹੜੀਆਂ ਆਉਣ ਵਾਲਿਆਂ ਨੂੰ ਕੁੱਟ ਰਹੇ ਨੇ, ਮਾਰ ਰਹੇ ਨੇ। ਅਤੇ ਉਹ ਵੀ ਇਹ ਗੱਲ ਸਮਝ ਨਹੀਂ ਆਉਂਦੀ ਵੀ ਉੱਥੇ ਰੇਹੜੀਆਂ ਵਾਲਿਆਂ ਦਾ ਕਸੂਰ ਹੈ, ਪੁਲਿਸ ਦਾ ਕਸੂਰ ਹੈ ਕਿ ਸਰਕਾਰਾਂ ਦਾ ਕਸੂਰ ਹੈ।
ਉਹ ਗਰੀਬ ਬੰਦਾ ਮਤਲਬ ਆਮ ਮੁੱਖ ਦੀ ਗੱਲ ਇਹ ਵੀ ਉੱਥੇ ਆਮ ਬੰਦੇ ਦਾ ਤਾਂ ਅੱਜ ਕੱਲ੍ਹ ਬੜਾ ਬੁਰਾ ਹਾਲ ਆ, ਆਪਾਂ ਨੂੰ ਪਤਾ ਹੈ ਬੜਾ ਬੁਰਾ ਹਾਲ ਆ, ਜੀਣਾ ਮੁਸ਼ਕਲ ਹੋਇਆ ਪਿਆ ਆਮ ਬੰਦੇ ਦਾ। ਅਤੇ ਦੂਜੇ ਪਾਸੇ ਅਗਰ ਗੱਲ ਕਰੀਏ ਵੀ ਇੱਦਾਂ ਜੇ ਕਰੋਨਾ ਭੱਜਣਾ ਡਾਂਗਾ ਸੋਟੇ ਨਾਲ ਭੱਜਣਾ ਤਾਂ ਉਹ ਪਹਿਲਾਂ ਵੀ ਭੱਜ ਜਾਂਦਾ ਜਦੋਂ ਪਹਿਲਾਂ ਪੁਲਿਸ ਨੇ ਡਾਂਗਾ ਸੋਟੇ 'ਚ ਲਾਈਆਂ। ਅਤੇ ਉੱਥੇ ਅਸੀਂ ਆਪਾਂ ਇੱਕ ਦੂਜੇ ਦੇ ਲੋਕਾਂ ਦੀ ਵੀ ਗੱਲ ਜੇ ਕਰੀਏ ਲੋਕ ਵੀ ਗੱਲ ਸੁਣ ਕੇ ਰਾਜ਼ੀ ਨਹੀਂ ਹੈਗੇ। ਲੋਕ ਮਤਲਬ ਲੋਕਾਂ ਨੂੰ ਵੀ ਕਈਆਂ ਨੂੰ ਇਹ ਲੱਗਦਾ ਵੀ ਭਾਈ ਕਰੋਨਾ ਨੇ ਮੈਨੂੰ ਤਾਂ ਕੁਛ ਕਹਿਣਾ ਹੀ ਨਹੀਂ, ਤੂੰ ਮੈਨੂੰ ਕਿਉਂ ਕੁਛ ਕਹੀ ਜਾਂਦਾ? ਪੁਲਿਸ ਵਾਲੇ ਨੂੰ ਬਹਿਸਦੇ ਨੇ, ਉਹ ਕਰੋਨਾ ਤਾਂ ਮੇਰਾ ਰਿਸ਼ਤੇਦਾਰ ਹੈ, ਉਹਨੇ ਮੈਨੂੰ ਕੁਛ ਕਹਿਣਾ ਹੀ ਨਹੀਂ। ਸੋ ਲੋਕਾਂ ਦੀ ਵੀ ਗੱਲ ਕਰ ਲਈਏ ਤਾਂ ਸਾਰਾ ਹੀ ਕੁੱਲ ਮਿਲਾ ਕੇ ਹੀ ਭਾਰਤ ਦਾ ਆਵਾਊਤ ਕਹਿ ਲਈਏ, ਚਾਹੇ ਤੰਦ ਨਹੀਂ ਖਰਾਬ ਤਾਣਾ ਹੀ ਖਰਾਬ ਆ। ਇਹਦੇ ਅਲਫੇ ਆਉਂਦੇ ਆ ਇੱਕ ਨਾਲ ਦੀ ਨਾਲ, ਤੁਸੀਂ ਖਬਰ ਪੜ੍ਹੀ ਹੋਣੀ ਬੜੀ ਤਕੜੀ, ਇੱਕ ਧਮਾਕੇਦਾਰ ਆਈ ਹੈ ਜਿਹੜੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਆਹਮੋ ਸਾਹਮਣੇ ਹੋਏ ਨੇ, ਗੁਰੂ ਸ਼ਾਗੇ ਗੁਰੂ ਵਾਲੇ ਭਾਈ ਸਾਹਿਬ ਜਿਹੜੇ ਹੈਗੇ ਨੇ। ਅਤੇ ਖੁੱਲ੍ਹ ਕੇ ਹੀ ਕਹਿਤਾ ਜੀ, ਕਹਿੰਦੇ ਹੁਣ ਤਾਂ ਕੈਪਟਨ ਸਾਹਿਬ ਨੇ ਵੀ ਭਾਈ ਜਿੱਥੇ ਜਾਣਾ ਜਾ, ਖਸਮਾਂ ਨੂੰ ਖਾ, ਮਤਲਬ ਕੱਲ੍ਹ ਜਾਣਾ ਅਤੇ ਅੱਜ ਜਾ। ਮਤਲਬ ਇਹ ਵੀ ਇੱਕ ਹੁਣ ਤੱਕ ਦੇ ਰਾਜਨੀਤੀ ਦੇ ਇਤਿਹਾਸ 'ਚ ਪਹਿਲੀ ਵਾਰ ਇੱਦਾਂ ਹੋਇਆ ਵੀ ਇਹਦਾ ਅਸਰ ਕੀ ਪਊਗਾ ਸਰਕਾਰ ਦੇ ਉੱਪਰ, ਕਾਂਗਰਸ ਦੇ ਉੱਪਰ ਕੀ ਅਸਰ ਪੈਂਦਾ ਇਹ ਪਤਾ ਨਹੀਂ ਹੈਗਾ। ਅਤੇ ਉਹ ਸਿੱਧੂ ਸਾਹਿਬ ਇੱਕੋ ਹੀ ਰੱਟ ਲਾਈ ਆ ਵੀ ਬੇਅਦਬੀ ਦੇ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਹੋਈ। ਗੱਲ ਉਹਨਾਂ ਦੀ ਵੀ ਸਹੀ ਹੈ ਅਤੇ ਕੈਪਟਨ ਸਾਹਿਬ ਦੀ ਵੀ ਸਹੀ ਹੈ। ਹੁਣ ਅਗਲੀ ਜਿਹੜਾ ਉੱਠ ਕੇ ਕਰਵਟ ਬੈਠਦਾ, ਇੱਧਰ ਬਹਿੰਦਾ ਕਿ ਉੱਧਰ ਬਹਿੰਦਾ, ਇਹ ਕਿਆਸ ਰਹੀਆਂ ਕੀ ਹੁੰਦਾ ਕੀ ਨਹੀਂ ਹੁੰਦਾ, ਆਪਾਂ ਵਿਸ਼ੇ ਵੱਲ ਚੱਲਦੇ ਹਾਂ। ਪਰ ਬ੍ਰੇਕ ਤੋਂ ਬਾਅਦ ਮੈਂ ਇੱਕ ਵਾਰ ਅੰਜਾਨ ਸਾਹਿਬ ਨਾਲ ਵੀ ਜ਼ਰੂਰ ਅਸੀਂ ਅੱਜ ਗੱਲ ਕਰਾਂਗੇ, ਕਿਉਂਕਿ ਇਹੋ ਜਿਹੇ ਮੌਕੇ ਜਦੋਂ ਕਹਿੰਦੇ ਵਿਚਾਰ ਸਵੇਰੇ ਹਨੇਰਾ ਦੀਂਦਾ ਹੋਵੇ ਤਾਂ ਚਾਨਣ ਦੀ ਕਿਰਨ ਜਿਹੜੀ ਹੁੰਦੀ ਉਹ ਇੱਕ ਗਿਆਨ ਹੁੰਦਾ, ਆਸ ਦੀ ਕਿਰਨ ਜਿਹੜੀ ਹੁੰਦੀ ਉਹ ਸਾਡੇ ਧਾਰਮਿਕ ਸਥਾਨ, ਸਾਡੇ ਗੁਰੂ ਪੀਰ, ਸਾਡੇ ਦੇਵੀ ਦੇਵਤੇ ਜਿਹੜੇ ਹੁੰਦੇ ਨੇ ਧਾਰਮਿਕ ਸਥਾਨਾਂ ਦੀ, ਤਾਂ ਚਲੋ ਆਪਾਂ ਗੱਲ ਬਾਹਲੀ ਨਹੀਂ ਕਹਿ ਸਕਦੇ ਕਿਉਂਕਿ ਪਤਾ ਹੀ ਹੈ ਧਾਰਮਿਕ ਸਥਾਨ ਆ ਤਾਂ ਇੱਕ ਰਾਜਨੀਤੀ ਦੇ ਅੱਡਾ ਬਣੇ ਹੋਏ ਨੇ ਪੰਜਾਬ ਦੇ ਵਿੱਚ। ਸੋ ਮੁੱਖ ਦੀ ਗੱਲ ਇਹ ਹੈ ਜੀ ਵੀ ਅੱਜ ਦਾ ਜਿਹੜਾ ਹੈਗਾ ਗੱਲਬਾਤ ਜਿਹੜੀ ਹੈ ਉਹ ਸਾਡੀ ਕੱਲ੍ਹ ਵਾਲੀ ਗੱਲਬਾਤ ਮੈਂ ਕੀਤੀ ਸੀ ਜਿਹੜੀ ਪਹਿਲਾਂ, ਉਸ ਤੋਂ ਬਾਅਦ ਡਾਕਟਰ ਸਾਹਿਬ ਆ ਗਏ ਸੀਗੇ, ਪ੍ਰੋਗਰਾਮ ਸੀ ਉਹਨਾਂ ਦਾ, ਅਤੇ ਉਹਨੂੰ ਹੀ ਅਸੀਂ ਅੱਗੇ ਰੱਖਾਂਗੇ। ਅਤੇ ਨਾਲ ਦੀ ਨਾਲ ਜਿੱਥੇ ਬਹੁਤ ਸਾਰਾ ਇੰਨਾ ਕੁਛ ਮਾੜਾ ਹੋ ਰਿਹਾ, ਚੰਗੇ ਬੰਦੇ ਵੀ ਬਹੁਤ ਹੁੰਦੇ ਨੇ। ਮਹਾਰਾਸ਼ਟਰ ਦੇ ਵਿੱਚ ਨਾਗਪੁਰ ਕਹਿੰਦੇ ਪੈਂਦਾ ਕੋਈ, ਉੱਥੇ ਹਸਪਤਾਲ ਸੀ, ਉੱਥੇ ਇੱਕ ਬਜ਼ੁਰਗ ਸੀ 85 ਸਾਲ ਦਾ ਐਡਮਿਟ, ਅਤੇ ਇੱਕ ਲੇਡੀ 40 ਸਾਲ ਦੀ ਆਪਣੇ ਪਤੀ ਨੂੰ ਐਡਮਿਟ ਕਰਾਉਣ ਆਈ ਉੱਥੇ, ਅਤੇ ਉਹਨਾਂ ਨੇ ਜਵਾਬ ਦਿੱਤਾ ਹਸਪਤਾਲਾਂ ਨੇ ਵੀ ਭਾਈ ਸਾਡੇ ਪੂਰੇ ਨੇ ਬੈੱਡ, ਬੈੱਡ ਨਹੀਂ ਖਾਲੀ ਹੈਗਾ, ਕਿਸੇ ਹੋਰ ਹੋਸਪਿਟਲ 'ਚ ਲੈ ਜਾਓ। ਅਤੇ ਉਹ ਵਿਚਾਰੀ ਜਦੋਂ ਰੋਣ ਪਿੱਟਣ ਲੱਗ ਪਈ ਤਾਂ 85 ਸਾਲ ਦਾ ਜਿਹੜਾ ਬਜ਼ੁਰਗ ਸੀਗਾ ਨਰਾਇਣਨ ਭਾਓ ਉਹਦਾ ਨਾਮ ਹੈਗਾ, ਉਹਨੇ ਕਿਹਾ ਵੀ ਮੇਰੇ ਵਾਲਾ ਬੈੱਡ ਇਹਨੂੰ ਦੇ ਦਿਓ ਤੁਸੀਂ ਨੌਜਵਾਨ ਨੂੰ, ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਭੋਗ ਲਈ ਹੈ ਅਤੇ ਮੈਨੂੰ ਹੁਣ ਕੋਈ ਗਿਲਾ ਨਹੀਂ ਹੈਗਾ, ਜੇ ਮੈਂ ਚਲੇ ਵੀ ਜਾਊਂ ਤਾਂ ਮੇਰਾ ਬੈੱਡ ਜਿਹੜਾ ਇਸ ਮੁੰਡੇ ਨੂੰ ਦੇ ਦਿਓ, ਜਿਹੜਾ ਜਵਾਨ ਮੁੰਡਾ ਹੈਗਾ 40 ਸਾਲ ਦੀ ਔਰਤ ਰੋ ਰਹੀ, ਉਹਦੇ ਹਸਬੈਂਡ ਨੂੰ ਦੇ ਦਿਓ। ਅਤੇ ਉਹਨਾਂ ਨੇ ਉਹਦੀ ਰਿਕੁਐਸਟ ਮੰਨ ਕੇ ਉਹ ਬੈੱਡ ਜਿਹੜਾ ਉਹਨੂੰ ਦੇ ਦਿੱਤਾ ਅਤੇ ਉਹਦੀ ਜ਼ਿੰਦਗੀ ਬਚ ਗਈ। ਪਰ ਬਜ਼ੁਰਗ ਜਿਹੜਾ ਸੀ ਉਹ ਨਰਾਇਣ ਭਾਓ, ਉਹ 3 ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ। ਸੋ ਇਹੋ ਜਿਹੀ ਦੁਨੀਆ ਵੀ ਹੈਗੀ ਹੈ। ਹੁਣ ਇੱਕ ਯੂਪੀ ਦੀ ਵੀ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰ ਲੈਂਦੇ, ਉਸ ਤੋਂ ਬਾਅਦ ਫਿਰ ਅੰਜਾਨ ਸਾਹਿਬ ਦੀਆਂ ਚੰਗੀਆਂ ਗੱਲਾਂ ਸੁਣ ਕੇ ਅਤੇ ਫਿਰ ਆਪਾਂ ਵਿਸ਼ੇ ਵੱਲ ਚੱਲਾਂਗੇ। ਯੂਪੀ 'ਚ ਮੁੱਖ ਮੰਤਰੀ ਜਿਹੜਾ ਨਿਤਿਆਨਾਥ ਯੋਗੀ ਹੈ, ਪਤਾ ਹੀ ਹੈ ਵੈਸੇ, ਕਹਿੰਦੇ ਵੀ ਜਿਨ੍ਹਾਂ ਨੂੰ ਜੰਗਲਾਂ 'ਚ ਹੋਣਾ ਚਾਹੀਦਾ, ਭਗਤੀ ਕਰਨੀ ਚਾਹੀਦੀ ਹੈ, ਅਤੇ ਉਹ ਰਾਜਗੱਦੀਆਂ 'ਤੇ ਬੈਠੇ ਨੇ, ਰਾਜ ਚਲਾ ਰਹੇ ਨੇ, ਅਤੇ ਰਾਜ ਫਿਰ ਜੰਗਲ ਰਾਜ ਵਰਗਾ ਹੀ ਹੋਊਗਾ। ਅਤੇ ਉਹਨੇ ਬਿਆਨ ਦਿੱਤਾ ਜੀ ਵੀ ਯੂਪੀ ਦੇ ਵਿੱਚ ਮਹਾਰਾਸ਼ਟਰ ਦੇ ਕੇਸ ਆ ਜਿਹੜੇ, ਸੋਰੀ, ਕਰੋਨਾ ਦੇ ਕੇਸ ਬਿਲਕੁਲ ਘੱਟ ਗਏ ਆ, ਕੋਈ ਟਾਵਾਂ ਟਾਵਾਂ ਕੇਸ ਹੀ ਨਜ਼ਰ ਆ ਰਿਹਾ। ਅਤੇ ਨਾਲ ਦੀ ਨਾਲ ਹੀ ਖਬਰ ਲੱਗੀ ਹੈ ਹਿੰਡਨ ਉੱਥੇ ਪੈਂਦਾ ਕੋਈ ਸ਼ਮਸ਼ਾਨ ਘਾਟ, ਉਹਦੇ ਬਾਹਰ ਬੋਰਡ ਲਿਖ ਕੇ ਲਾਇਆ ਹੋਇਆ ਇਸ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ, ਕਿਰਪਾ ਕਰਕੇ ਆਪਣਾ ਮੁਰਦਾ ਫੂਕਣ ਵਾਸਤੇ ਕਿਸੇ ਹੋਰ ਸੰਸਕਾਰ ਕਰਨ ਵਾਸਤੇ ਕਿਸੇ ਹੋਰ ਸ਼ਮਸ਼ਾਨ ਘਾਟ ਲੈ ਜਾਓ। ਸੋ ਇਹ ਮੇਰੇ ਭਾਰਤ ਮਹਾਨ ਦੀਆਂ ਖਬਰਾਂ। ਪੂਰਾ ਦੇਸ਼ ਆਕਸੀਜਨ ਦੀ ਭੇਜ ਰਿਹਾ, ਪੂਰਾ ਮੁਲਕ ਜਿਹੜਾ ਹੈਗਾ ਉਹਨਾਂ ਦੀ ਮਦਦ ਕਰ ਰਿਹਾ ਭਾਰਤੀ ਇਸ ਸਮੇਂ। ਸੋ ਚਲੋ, ਬਣਦੀ ਵੀ ਹੈ, ਜ਼ਰੂਰਤ ਵੀ ਹੈ ਉੱਥੇ, ਪਰ ਉਹ ਜ਼ਰੂਰਤਮੰਦਾਂ ਦੀ ਜਿਹੜੀ ਮਦਦ ਹੈ ਉਹ ਜ਼ਰੂਰਤਮੰਦਾਂ ਨੂੰ ਪਹੁੰਚਦੀ ਨਹੀਂ ਪਹੁੰਚਦੀ, ਇੱਕ ਇਹ ਵੀ ਬੜੀ ਦੁੱਖ ਦੀ ਗੱਲ ਹੁੰਦੀ ਸਾਡੇ ਭਾਰਤੀ, ਇਹ ਵੀ ਬੜੀ ਵੱਡੀ ਤਰਾਸਦੀ ਹੈ। ਚਲੋ ਖੈਰ, ਆਪਾਂ ਥੋੜ੍ਹਾ ਬਹੁਤ ਇਸ ਤੋਂ ਇਸ ਅਗਲੇ ਸੈਗਮੈਂਟ ਦੇ ਵਿੱਚ ਦਿਮਾਗ ਨੂੰ ਸਕੂਨ ਲੈਣ ਦੀ ਕੋਸ਼ਿਸ਼ ਕਰਾਂਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਜੇ ਗੱਲ ਕਰੀਏ ਤਾਂ ਫਿਰ ਤੁਹਾਡੀਆਂ ਕਾਲਾਂ ਲੈ ਕੇ ਅਤੇ ਆਪਾਂ ਇਸ ਵਿਸ਼ੇ ਵੱਲ ਚੱਲਾਂਗੇ, ਗੱਲ ਕਰਾਂਗੇ, ਜਿਹੜਾ ਕੱਲ੍ਹ ਵੀ ਵਿਸ਼ਾ ਰਹਿ ਗਿਆ ਸੀ, ਕੱਲ੍ਹ ਵੀ ਸਾਡੇ ਦਰਸ਼ਕ ਗੱਲ ਕਰਨਾ ਚਾਹੁੰਦਾ ਸੀ। ਸੋ ਅੱਜ ਉਸ ਵਿਸ਼ੇ 'ਤੇ ਗੱਲ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਜੀ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਅਤੇ ਨਾਲ ਦੀ ਨਾਲ ਅਗਰ ਗੱਲ ਕਰੀਏ, ਸਮਾਂ ਨਾ ਬਰਬਾਦ ਕਰੀਏ। ਸਰਦਾਰ ਅਰਜਨ ਸਿੰਘ ਜੀ ਅੰਜਾਨ ਸਾਹਿਬ ਮੇਰੇ ਨਾਲ ਟੈਲੀਫੋਨ 'ਤੇ ਜੁੜੇ ਹੋਏ ਨੇ।
ਉਹਨਾਂ ਦੇ ਵਿਚਾਰ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਜਿਵੇਂ ਵਿਸ਼ੇ ਦੀ ਗੱਲ ਕੀਤੀ ਹੈ ਥੋੜ੍ਹਾ ਜਿਹਾ ਵਿਸ਼ੇ ਨੂੰ ਹੋਰ ਰਿਫਾਈਨਡ ਕਰਕੇ ਫਿਰ ਆਪਾਂ ਤੁਹਾਡੇ ਨਾਲ ਜਿਹੜੀ ਆ ਗੱਲਬਾਤ ਬਾਕੀ ਕਰਦੇ ਹਾਂ ਜੀ। ਅੰਜਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਧੰਨਵਾਦ। ਹੋਰ ਸੁਣਾਓ, ਠੀਕ ਠਾਕ ਜੀ? ਸਿਹਤਾਂ ਬਸ ਦਾ ਆਨੰਦ ਲਈ ਜਾਂਦੀਆਂ ਜੀ ਸਮੇਂ ਨਾਲ। ਵਾਹ ਜੀ ਵਾਹ, ਵਾਹ ਜੀ ਵਾਹ। ਅਤੇ ਖਬਰਾਂ ਦਾ ਮਾਹੌਲ ਮੈਂ ਕਿਹਾ ਚਾਰ ਚੁਫੇਰੇ ਇੱਕ ਵਾਰ ਫਿਰ ਬੜਾ ਔਖਾ ਜਿਹਾ ਚੱਲ ਰਿਹਾ, ਖਾਸ ਤੌਰ 'ਤੇ ਭਾਰਤ ਦੀ ਗੱਲ ਕਰੀਏ ਤਾਂ। ਮੈਂ ਕਿਹਾ ਜੀ ਚਲੋ ਕੋਈ ਚੰਗੀ ਗੱਲ ਜੇ ਸੁਣੀਏ ਤਾਂ ਮਨ ਥੋੜ੍ਹਾ ਸ਼ਾਂਤ ਹੁੰਦਾ, ਦਿਮਾਗ ਨੂੰ ਸਕੂਨ ਮਿਲਦਾ। ਧੰਨ ਜੀ ਆਪ ਤੇ, ਧੰਨ ਦਰਸ਼ਕ ਤੇ, ਧੰਨ ਆਪਦੇ ਯਾਦ ਕਰਨ ਦਾ। ਅੱਜ ਹੈ ਜੀ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀ ਉਹ ਵਿਵੇਕ। ਅੱਛਾ ਜੀ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀ ਉਹ ਵਿਵੇਕ, ਏਕ ਘੜੀ ਕੇ ਸਿਮਰ ਨੇ ਪਾਪੀ ਧਰੇ ਅਨੇਕ। ਵਾਹ ਜੀ ਵਾਹ ਜੀ ਵਾਹ। ਐਸਾ ਸਿਮਰਨ ਜਾਣ ਕੇ ਸੰਤਾਂ ਪਕੜੀ ਟੇਕ, ਤੇ ਸਿਮਰਨ ਜੱਗ ਵਿੱਚ ਸਾਰ ਹੈ ਵਿਸਰੇ ਘੜੀ ਨਾ ਏਕ। ਵਾਹ ਜੀ। ਸਿਮਰਨ ਜੱਗ ਵਿੱਚ ਸਾਰ ਹੈ ਵਿਸਰੇ ਘੜੀ ਨਾ ਏਕ ਜੀ। ਤੇ ਅੱਜ ਕੱਲ ਤੇ ਵਿਸਰਿਆ ਹੋਇਆ ਜਿੱਦਾਂ ਕਹਿੰਦੇ ਵੀ, ਮੇਰਾ ਖਿਆਲ ਵੀ ਵੱਡੇ ਵੱਡਿਆਂ ਨੇ ਭਲਾ ਹੀ ਦਿੱਤਾ ਛੋਟਿਆਂ ਨੂੰ ਜੀ। ਬਿਲਕੁਲ ਜੀ। ਕੁਝ ਆਖਣ ਤੋਂ ਡਰ ਲੱਗਦਾ ਏ, ਜੇ ਸੱਚ ਸਮਝ ਲਿਆ ਪੱਜ ਫੇ ਔਖੇ ਹੋਵਾਂਗੇ। ਬੁੱਧ ਵਿਗੜਦੀ ਜਾਂਦੀ ਨੂੰ ਨਾ ਸਾਂਭਿਆ, ਜੋ ਅੱਜ ਫੇ ਔਖੇ ਹੋਵਾਂਗੇ ਜੀ। ਤੇ ਜੀ ਉਹ ਡਰਦਾ ਹੈ ਆਪਣਾ ਕੈਸੋ ਕਰੀ ਪਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ ਜੀ। ਤੇ ਇਹਨਾਂ ਗੁਰੂ ਕੇ ਸ਼ਬਦਾਂ ਨਮਸਕਾਰ ਕਰਦੇ ਹਾਂ ਆਪਦੇ ਨਾਲ ਤੇ ਦਰਸ਼ਕਾਂ ਨਾਲ। ਫਤਿਹ ਅਰਜਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਬਹੁਤ ਬਹੁਤ ਸਵਾਗਤ ਜੀ ਜੀ। ਜੱਗੀ ਜੀ, ਅੱਜ ਜੇ ਸੀਤਾ ਮਾਤਾ ਦਾ ਜਿਹੜਾ ਧਰਤੀ ਮਾਤਾ ਤੇ ਸੀਤਾ ਜੀ ਹੋਏ ਜਿਹੜੇ ਸਤਿਯੁਗ ਚ ਹੋਏ ਆ ਜੀ, ਇਹਨਾਂ ਦੇ ਪਰਖਾਏ ਸਨਾਤਨ ਮਤ ਦਾ ਉਪਦੇਸ਼ ਆ ਵੀ ਧਰਤੀ ਜੇਡ ਨੀ ਦਾਤਾ ਕੋਈ ਜੀ, ਤੇ ਸੀਤਾ ਜੇਡ ਨੀ ਮਾਤਾ ਕੋਈ। ਅੱਛਾ ਜੀ। ਇਹ ਸੀਤਾ ਜੀ ਧਰਮੀ ਰਾਜੇ ਜਨਕ ਦੀ ਕੰਨਿਆ ਹੈ। ਹਾਂਜੀ। ਤੇ ਇਹ ਰਾਜੇ ਜਨਕ ਦੀ ਬਿੰਦੀ ਧੀ ਨਹੀਂ, ਧਰਮ ਦੀ ਧੀ ਆਏ ਜੀ। ਬਿਲਕੁਲ। ਜਨਮ ਇਹਨਾਂ ਦਾ, ਹਾਂਜੀ, ਇਹਨਾਂ ਦੀ ਮਦਰ ਦਾ ਨਾਂ ਜਾਣਨਾ ਤੁਸੀਂ? ਨਹੀਂ, ਉੱਦਾਂ ਤਾਂ ਉਹਦੇ 'ਚ ਜਿਹੜਾ ਮਾਤਾ ਦਾ ਨਾਂ ਨਹੀਂ ਪਤਾ, ਤੁਸੀਂ ਦੱਸਿਆ ਸੀ ਮੈਨੂੰ, ਇੱਕ ਵਾਰੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਇਹਨਾਂ ਦੇ ਇਉਂ ਦੱਸੀ ਜਾਂਦੀ ਜੀ ਇਹਨਾਂ ਵਿਚਾਰ ਵੀ, ਇੱਕ ਸਮੇਂ ਰਾਜੇ ਜਨਕ ਦੇ ਰਾਜ ਵਿੱਚ 12 ਸਾਲ ਔੜ ਲੱਗ ਗਈ, ਮੀਂਹ ਨਾ ਪਿਆ। ਅੱਛਾ ਜੀ। ਜਦੋਂ 12 ਸਾਲ ਮੀਂਹ ਨਾ ਪਿਆ ਤੇ ਜੰਗਲ ਵੇਲੇ ਸਾਰੇ ਗਰਮੀਆਂ ਨਾਲ ਅੱਗ ਲੱਗ ਲੱਗ ਕੇ ਸੜ ਕੇ ਸਵਾਹ ਹੋ ਗਏ, ਪਸ਼ੂ ਪੰਛੀ ਜਿਹੜੇ ਸੀ ਮਨੁੱਖ ਸਾਰੇ ਭੁੱਖੇ ਤਰਾਹ ਤਰਾਹ ਕਰਨ ਲੱਗ ਪਏ ਜੀ। ਹਾਹਾਕਾਰ ਮੱਚ ਗਈ ਰਾਜੇ ਜਨਕ ਦੇ ਰਾਜ ਵਿੱਚ ਜੀ। ਦੁਖੀ ਜਨਤਾ ਵੇਖ ਕੇ ਰਿਸ਼ੀਆਂ ਮੁਨੀਆਂ ਨੂੰ ਪੁੱਛਿਆ, ਬ੍ਰਾਹਮਣਾਂ ਨੂੰ ਇਕੱਠਿਆਂ ਕਰਕੇ ਪੁੱਛਿਆ ਵੀ ਮੇਰੇ ਰਾਜ ਵਿੱਚ ਕਾਲ ਕਿਉਂ ਪਿਆ ਜੀ, ਇਹ ਕਿਸੇ ਤਰ੍ਹਾਂ ਦੂਰ ਹੋ ਸਕਦਾ ਜੀ, ਤੇ ਬਾਰਿਸ਼ ਕਿਉਂ ਨਹੀਂ ਹੁੰਦੀ, ਇਹ ਕੋਈ ਮੈਨੂੰ ਦੱਸ ਸਕਦਾ ਵਾ ਜੀ, ਇਹ ਜਾਂ ਮੇਰੇ ਤੋਂ ਕੋਈ ਪਾਪ ਹੋਇਆ ਜੀ। ਜਨਕ ਦੇ ਇਹਨਾਂ ਸਵਾਲਾਂ ਦਾ ਉੱਤਰ ਦਿੰਦਿਆਂ ਹੋਇਆ ਇੱਕ ਬੁੱਢੇ ਰਿਸ਼ੀ ਨੇ ਆਖਿਆ, ਰਾਜਨ ਜੀ, ਜੋਤਿਸ਼ ਵਿੱਦਿਆ ਦੇ ਬਲ ਨਾਲ ਮੈਂ ਦੱਸ ਸਕਦਾ ਹਾਂ ਜੀ, ਇਸ ਕਾਲ ਪੈਣ ਦਾ ਇੱਕ ਕਾਰਨ ਹੈ ਜੀ, ਜੇ ਤੁਸੀਂ ਰਾਜਨ ਆਪ ਭਗਤੀ ਛੱਡ ਸਿਮਰਨ ਵਾਲੇ ਨਾ ਹੁੰਦੇ ਤੇ ਤੁਹਾਡਾ ਆਪ ਦਾ ਕਾਲ ਹੋ ਜਾਣਾ ਸੀ, ਤੁਹਾਡਾ ਸਰਬੰਸ ਨਾਸ ਹੋ ਜਾਣਾ ਸੀ ਜੀ।
ਤੇ ਕਿਉਂ ਹੋ ਜਾਣਾ ਸੀ? ਉਹਨੇ ਦੱਸਿਆ ਵੀ ਜਿਹੜਾ ਹੰਕਾਰੀ ਰਾਜਾ ਰਾਵਣ ਸੀ ਨਾ ਜੀ, ਇਹਨੇ ਜਦੋਂ ਰਿਸ਼ੀਆਂ ਮੁਨੀਆਂ ਨੂੰ ਤੰਗ ਕੀਤਾ ਤੇ ਉਹ ਤਾਂ ਪਹਾੜੀ ਚੜ ਗਏ, ਤੇ ਇਹਨੇ ਦੂਤਾਂ ਨੂੰ ਮਗਰ ਭੇਜਤਾ ਉਹਨਾਂ ਦੇ ਵੀ ਉਹਨਾਂ ਤੋਂ ਮੇਰੀ ਧਰਤੀ ਦਾ ਕਰ ਲਿਆਓ। ਅੱਛਾ ਜੀ। ਜਦੋਂ ਉਹਨਾਂ ਨੂੰ ਜਾ ਕੇ ਤੇ ਉਹਨਾਂ ਜਾ ਕੇ ਉਹਨਾਂ ਨੂੰ ਘੇਰ ਲਿਆ ਜਿੱਦਾਂ ਪੁਲਿਸ ਘੇਰਦੀ ਵੀ ਕਰ ਦਿਓ, ਰਾਜਾ ਮੰਗਦਾ ਅਸੀਂ ਕੀ ਕਰੀਏ ਜੀ। ਉਹਨਾਂ ਕਿਹਾ ਫਿਰ ਵੀ ਸਾਡੇ ਕੋਲ ਕਰ ਹੁਣ ਪੈਸੇ ਤਾਂ ਕੋਈ ਹੈ ਨਹੀਂ, ਰਿਸ਼ੀਆਂ ਮੁਨੀਆਂ ਨੇ ਸਾਰਿਆਂ ਨੇ ਇਕੱਠੇ ਆ ਕਰਕੇ ਆਪਦੇ ਸਰੀਰਾਂ ਚੋਂ ਖੂਨ ਕੱਢ ਕੇ ਇੱਕ ਬਲੱਡ ਦਾ ਘੜਾ ਭਰ ਦਿੱਤਾ। ਅੱਛਾ ਜੀ। ਉਹ ਘੜਾ ਭਰ ਕੇ ਤੇ ਉਹਨੂੰ ਬੰਦ ਕਰ ਦਿੱਤਾ ਜੀ, ਬੰਦ ਕਰਕੇ ਤੇ ਦੂਤਾਂ ਨੂੰ ਦੇ ਦਿੱਤਾ ਤੇ ਨਾਲ ਦੱਸ ਦਿੱਤਾ ਵੀ ਇਹਦੇ ਵਿੱਚ ਰਾਵਣ ਦਾ ਕਾਲ ਆ। ਅੱਛਾ ਜੀ। ਜਿਹੜਾ ਕਹਿੰਦੇ ਰਾਵਣ ਨੇ ਕਾਲ ਪਾਵੇ ਨਾ ਬੰਨਿਆ ਹੋਵੇ, ਉਹ ਇਹ ਸੀ ਕਾਲ ਜੀ। ਅੱਛਾ ਜੀ। ਇਹ ਜਿਹੜਾ ਘੜਾ ਸੀ ਇਹ ਸੀ ਕਾਲ ਉਹਦਾ ਜੀ। ਤੇ ਦੂਤ ਉਹ ਘੜਾ ਚੱਕ ਕੇ ਲੈ ਗਏ ਤੇ ਜਦੋਂ ਉਹਨਾਂ ਲਿਜਾ ਕੇ ਦਿੱਤਾ ਤੇ ਉਹ ਖੁਸ਼ ਹੋ ਕੇ ਦੇਖਣ ਲੱਗਾ ਤੇ ਉਹਨਾਂ ਦੱਸਿਆ ਵੀ ਤੁਹਾਨੂੰ ਇੱਕ ਇਹਦੇ ਵਿੱਚ ਸਰਾਫ ਵੀ ਆ, ਗੱਲ ਸੁਣ ਲਓ, ਜੇ ਤੁਸੀਂ ਇਹਨੂੰ ਦੇਖੋਗੇ ਤੇ ਤੁਹਾਡਾ ਕਾਲ ਆ ਇਹਦੇ ਵਿੱਚ ਦੇਖੋਗੇ ਤੇ ਤੁਹਾਡਾ ਬੰਸ ਨਾਸ ਹੋ ਜੂਗਾ। ਅੱਛਾ ਜੀ। ਉਹਨੇ ਉਹਨੂੰ ਬੰਦ ਕਰਕੇ ਤੇ ਫਿਰ ਚਲਾਕੀ ਕੀਤੀ। ਉਸ ਰਿਸ਼ੀ ਨੇ ਦੱਸਿਆ ਵੀ ਉਹ ਜਿਹੜਾ ਘੜਾ ਸੀ ਉਹਨੂੰ ਪਰਥਾਏ ਸਿੱਟਿਆ ਨਹੀਂ, ਉਹ ਰਾਵਣ ਰਾਜਨ ਤੇਰੇ ਦਾ ਰਾਜ ਦਰਬਾਰ 'ਚ ਦੱਬ ਗਿਆ ਤਾਂ ਨਹੀਂ ਮੀਂਹ ਪੈਂਦਾ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਹੁਣ ਹੋਈ ਗੱਲ। ਹਾਂਜੀ ਹਾਂਜੀ। ਤੇ ਤਾਂ ਇਹ ਕਹਿੰਦਾ ਵੀ ਬਾਰਿਸ਼ ਉਦੋਂ ਦੀ ਬੰਦ ਹੋਈ ਆ, ਇਹ ਬਾਰਿਸ਼ ਹੋ ਸਕਦੀ ਆ ਜੇ ਤੂੰ ਕਰਨੀ ਆ। ਉਹ ਘੜਾ ਪੱਟ ਕੇ ਖੋਲਿਆ ਜਾਵੇ ਜੀ ਤੇ ਫਿਰ ਬਾਰਿਸ਼ ਹੋਊਗੀ ਤੇ ਫਿਰ ਤੇਰਾ ਕਾਲ ਵੀ ਟੁੱਟ ਜੂਗਾ ਜੀ। ਉਹ ਕਹਿੰਦਾ ਵੀ ਕੋਈ ਉਪਰਾਲਾ ਦੱਸੋ ਵੀ ਮੈਂ ਉਹਨੂੰ ਮੈਰੀ ਕਹਿੰਦਾ ਆਪਦਾ ਭਾਵ ਮੇਰੇ ਬੰਸ ਨਾ ਰਹੇ ਪਰ ਮੈਂ ਰਹਾਂ, ਮੇਰੀ ਜਨਤਾ ਖੁਸ਼ ਹੋ ਜਾਏ, ਮੈਨੂੰ ਤਾਂ ਜਨਤਾ ਖੁਸ਼ੀ ਚਾਹੀਦੀ ਹੈ, ਦੱਸੋ ਜੀ। ਉਹ ਸ਼੍ਰਿਸ਼ ਨੇ ਦੱਸਿਆ ਰਾਜਨ ਸੋਨੇ ਦਾ ਹਾਲ ਬੜਾ, ਬੁਲਦਾ ਨਾਲ ਜੋੜ ਕੇ ਉਹਨੂੰ ਆਪਦੇ ਹੱਥੀ ਆਪ ਵਾਹ। ਅੱਛਾ ਜੀ। ਫਿਰ ਰਾਜੇ ਨੇ ਸੋਨੇ ਦਾ ਹਾਲ ਬਣਾਇਆ ਤੇ ਉਹ ਹਾਲ ਉਹ ਕਹਿੰਦਾ ਵੀ ਜਦੋਂ ਤੂੰ ਵਾਹੇਗਾ ਤੇ ਉਦੋਂ ਹੀ ਤੈਨੂੰ ਦੂਏ ਤੀਏ ਗੇੜੇ 'ਚ ਪਤਾ ਲੱਗ ਜੂਗਾ। ਅੱਛਾ ਜੀ। ਬੁਲਦਾ ਨਾਲ ਜੋੜ ਕੇ ਰਾਜਨ ਨੇ ਸੋਨੇ ਦਾ ਹਾਲ ਆਪ ਹੱਕਿਆ ਤੇ ਜਦੋਂ ਪਹਿਲਾਂ ਹੀ ਗੜਾ ਗੇੜਾ ਲਿਆਂਦਾ ਉਹਨੇ ਘੇਰਾ ਜਿਹਾ ਬੰਨ ਕੇ ਤੇ ਹਵਾ ਚੱਲ ਪਈ ਤੇ ਜਦੋਂ ਦੂਸਰਾ ਗੇੜਾ ਲਿਆਂਦਾ ਤੇ ਬੱਦਲ ਚੜ ਪਏ। ਅੱਛਾ ਜੀ। ਤੇ ਜਦੋਂ ਤੀਸਰਾ ਗੇੜਾ ਜਾਂਦਾ ਸੀਗਾ ਤੇ ਉਹ ਜਿਹੜਾ ਹਾਲ ਸੀ ਰਾਜਨ ਦਾ ਉਸ ਘੜੇ 'ਚ ਅੜ ਗਿਆ। ਅੱਛਾ ਜੀ। ਜੋ ਅੜ ਗਿਆ ਤੇ ਬੋਲਦ ਵੀ ਖੜੋ ਗਏ, ਡੱਕ ਕੇ ਰਾਜੇ ਨੇ ਹਲ ਪਾਸੇ ਕਰਕੇ ਉੱਥੇ ਪੱਟਿਆ ਤੇ ਉਹ ਘੜਾ ਕੱਢ ਲਿਆ ਉਹਨੇ। ਅੱਛਾ ਜੀ। ਰਾਜਨ ਨੇ ਜਨਕ ਨੇ ਉਹ ਘੜਾ ਪੱਟ ਕੇ ਕੱਢ ਕੇ ਖੋਲ ਕੇ ਦੇਖਿਆ ਜਦੋਂ ਤੇ ਖੋਲ ਕੇ ਕੀ ਦੇਖਦਾ, ਉਹਦੇ ਵਿੱਚ ਇੱਕ ਕੰਨਿਆ ਆਪਦੇ ਸੱਜੇ ਹੱਥ ਦਾ ਗੂਠਾ ਚੁੰਘਦੀ ਆ ਜੀ। ਵਾਹ ਜੀ ਵਾਹ। ਜਦੋਂ ਇਹ ਚੁੰਘਦੀ ਆ ਤੇ ਜਦੋਂ ਉਹ ਦੇਖਿਆ ਤੇ ਉੱਥੇ ਮੋਹਲੇ ਧਾਰ ਮੀਂਹ ਪਿਆ, ਉਦੋਂ ਚਾਰ ਸਵੇਰੇ ਜਲ ਥਲ ਹੋ ਗਿਆ। ਵਾਹ ਜੀ ਵਾਹ। ਤੇ ਜਦੋਂ ਚਾਰ ਸਵੇਰੇ ਇੰਨੀ ਤਪਸ਼ ਹੋਈ ਸੀ ਤੇ ਫਿਰ ਮੀਂਹ ਪੈਣ ਨਾਲ ਠੰਡ ਹੋ ਗਈ ਚੰਗੀ ਤਰ੍ਹਾਂ, ਐਨ ਰਾਤ ਫਿਰ ਸ਼ਾਂਤਮਈ ਹੋ ਗਈ ਤੇ ਤਾਂ ਸੀਤ ਵਰਤ ਗਈ ਤੇ ਤਾਂ ਹੀ ਇਹਦਾ ਨਾਂ ਸੀਤਾ ਰੱਖਿਆ। ਅੱਛਾ ਜੀ। ਵਾਹ ਜੀ ਵਾਹ। ਇਸ ਤਰ੍ਹਾਂ ਇਹਨਾਂ ਦਾ ਪ੍ਰਕਾਸ਼ ਹੋਇਆ ਸੀਤਾ ਦਾ, ਇਹ ਮਾਂ ਦੀ ਕੁੱਖੋਂ ਨਹੀਂ ਧਰਮ ਦੀ ਬੇਟੀ ਆ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ। ਤੇ ਫਿਰ ਉਹੀ ਜਾ ਕੇ
ਬਾਅਦ ਵਿੱਚ ਰਾਵਣ ਦੇ ਕਾਲ ਦਾ ਕਾਰਨ ਬਣੀ। ਹਾਂਜੀ, ਤੇ ਸ਼੍ਰੀ ਰਾਮ ਚੰਦਰ ਜੀ ਤੇ ਮਾਤਾ ਕੌਸ਼ਲਿਆ ਜੀ ਇਹਨਾਂ ਦੀ ਮਾਤਾ ਨਾ ਤੇ ਇਹਨਾਂ ਦੀ ਸੌਂਕਣ ਸੀ ਕਕਈ, ਤੇ ਉਹਨੇ ਪਿਆਰ ਨਾਲ ਕਿਸੇ ਵੇਲੇ ਰਾਜੇ ਦਸ਼ਰਥ ਤੋਂ ਕੌਲ ਲੈ ਲਿਆ ਸੀ। ਉਹਨੇ ਕੌਲ ਦਿੱਤੇ ਤੇ ਉਹਨੇ ਕਿਹਾ ਵੀ ਜਦੋਂ ਸਮਾਂ ਆਇਆ ਉਦੋਂ ਮੰਗੂਗੀ। ਤੇ ਜਦੋਂ ਇਹ ਹੋ ਗਏ ਤੇ ਜਦੋਂ ਇਹ ਰਾਮ ਚੰਦਰ ਜੀ ਉਹਨਾਂ ਦੀ ਸ਼ਾਦੀ ਹੋ ਗਈ, ਸਭ ਕੁਝ ਹੋ ਗਿਆ, ਤੇ ਜਦੋਂ ਦਸ਼ਰਥ ਜੀ ਨੇ ਰਾਮ ਚੰਦਰ ਨੂੰ ਤਿਲਕ ਦੇਣਾ ਚਾਹਿਆ ਤੇ ਉਦੋਂ ਕਕਈ ਨੇ ਆਪਦਾ ਸਵਾਲ ਲਿਆਣ ਕੇ ਤੇ ਮੂਹਰੇ ਖੜੀ ਹੋ ਗਈ ਵੀ ਰਾਜਾ ਨੇ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀਗਾ, ਮੈਨੂੰ ਕੌਲ ਦਿੱਤੇ ਸੀ, ਉਹ ਮੇਰੇ ਕੌਲ ਪਹਿਲਾਂ ਪੂਰੇ ਕਰੋ। ਅੱਛਾ ਜੀ। ਰਾਜਾ ਖੁਸ਼ੀ ਨਾਲ ਕਹਿੰਦਾ ਵੀ ਦੱਸ ਤੇਰੇ ਕੌਲ ਕਿਤੇ ਰੱਖੇ ਹੋਏ, ਜੋ ਕਹਿ ਕਰ ਦੇਣਗੇ। ਕਕਈ ਕਹਿੰਦੀ ਵੀ ਪਹਿਲਾਂ ਮੇਰਾ ਕੌਲ ਆ ਵੀ ਇਸੇ ਵੇਲੇ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਦੇ ਜੀ, ਤੇ ਮੇਰੇ ਪੁੱਤ ਭਾਰਤ ਨੂੰ ਰਾਜ ਤਿਲਕ ਰਾਜ ਦੇ। ਸੁਣ ਲਿਆ ਤੇ ਸੁਣਦੇ ਸਾਰ ਰਾਜੇ ਨੂੰ ਗਸ਼ੀਆਂ ਪੈਣ ਲੱਗ ਗਈਆਂ ਦਸ਼ਰਥ ਜੀ। ਹੁਣ ਕੌਲ ਮੋੜ ਨਹੀਂ ਸੀ ਸਕਦਾ ਜੀ, ਤਿਲਕ ਵੀ ਦੇ ਤਾ ਭਾਰਤ ਨੂੰ ਤੇ ਰਾਜੇ ਬਣਸ ਰਾਮ ਚੰਦਰ ਜੀ ਨੂੰ ਬਨਵਾਸ ਵੀ ਦੇ ਤਾ ਜੀ। ਉਧਰ ਰਾਜੇ ਦੀ ਹਾਲਤ ਖਰਾਬ ਹੋ ਗਈ ਤੇ ਜਦੋਂ ਰਾਮ ਚੰਦਰ ਜੀ ਨੂੰ ਪਤਾ ਲੱਗਾ ਉਹ ਧਰਮਾਤਮਾ ਸੀ, ਉਹਨੇ ਉਸੇ ਵੇਲੇ ਆਪਦੇ ਸ਼ਾਹੀ ਲਿਬਾਸ ਲਾ ਕੇ ਤੇ ਫਕੀਰੀ ਜਿਹੜੇ ਬਾਹਰ ਜਾਣ ਵਾਲੇ ਲਿਬਾਸ ਸੀ ਉਹ ਧਾਰਨ ਕਰ ਲਿਆ ਜੀ। ਜਦੋਂ ਇਸ ਗੱਲ ਦਾ ਪਤਾ ਲੱਗਾ ਸੀਤਾ ਜੀ ਨੂੰ, ਸਤੀ ਸੀਤਾ ਜੀ ਨੇ ਵੀ ਆਪਦੇ ਸ਼ਾਹੀ ਬਸਤਰ ਲਾ ਕੇ ਤੇ ਰਾਮ ਚੰਦਰ ਜੀ ਨੇ ਭਾਵੇਂ ਡੱਕਿਆ ਵੀ ਉਹ ਕਹਿੰਦੀ ਨਹੀਂ ਜਿੱਥੇ ਤੁਸੀਂ ਚੱਲੋਗੇ ਮੇਰਾ ਜੀਵਨ ਤੁਹਾਡੇ ਨਾਲ ਆ ਜੀ। ਤੇ ਸਤੀ ਸੀਤਾ ਜੀ ਵੀ ਨਾਲ ਤੁਰੇ ਤੇ ਲਕਸ਼ਮਣ ਭਰਾਤਾ ਜੀ ਵੀ ਤੁਰੇ ਤੇ ਜਦੋਂ ਇਹ ਤੁਰੇ ਤੇ ਰਾਜਾ ਬੇਦਲ ਹੋਇਆ ਮਹਾਲ ਤੇ ਚੜ ਗਿਆ, ਦੇਖਦਾ ਰਿਹਾ। ਜਦੋਂ ਜਿੰਨਾ ਚਿਰ ਦਿਸਦੇ ਰਹੇ ਉਹਨਾਂ ਚਿਰ ਦੇਖਦਾ ਰਿਹਾ, ਜਦੋਂ ਦਿਸਣੋਂ ਹਟ ਗਏ ਤੇ ਉਦੋਂ ਮਹਿਲ ਤੋਂ ਡਿੱਗ ਕੇ ਰਾਜੇ ਦਸ਼ਰਥ ਨੇ ਆਪਦੀ ਮੌਤ ਸਹੇੜ ਲਈ ਜੀ। ਇਹ ਇਸ ਤਰ੍ਹਾਂ ਜੀ ਕਕਈ ਨੇ ਪੁੱਤ ਨੂੰ ਰਾਜ ਦਵਾ ਲਿਆ ਤੇ ਰਾਮ ਚੰਦਰ ਜੀ ਅਵਤਾਰ ਨੂੰ ਬਨਵਾਸ ਦਵਾਤਾ ਜੀ। ਤੇ ਇਸੇ ਤਰ੍ਹਾਂ ਜਦੋਂ ਦਸ਼ਰਥ ਰਾਜਾ ਮਹਿਲ ਤੋਂ ਡਿੱਗਿਆ ਤੇ ਮਰ ਗਿਆ ਤੇ ਉਸ ਰਾਜ ਨਿਕਲ ਕੇ ਭਾਰਤ ਦੇ ਜੰਗਲਾਂ ਵਿੱਚ ਪੰਚਵਟੀ ਤੇ ਮੁਕਾਮ ਤੇ ਪਹੁੰਚ ਜਾਂਦੇ ਜੀ। ਉਸ ਸੁੰਦਰ ਅਸਥਾਨ ਉੱਤੇ ਫਲ ਜਲ ਬਹੁਤ ਚੰਗਾ ਤੇ ਬਨ ਵਿੱਚ ਰਿਸ਼ੀਆਂ ਮੋਸ਼ੀਆਂ ਦੀਆਂ ਕੁਟੀਆਵਾਂ ਵਾਂਗ ਬਣਾ ਕੇ ਇਹ ਆਪ ਉੱਥੇ ਰਹਿਣ ਲੱਗ ਪਿਆ ਜੀ। ਇੱਕ ਦਿਨ ਰਾਵਣ ਨੇ ਜਾਂਦੇ ਜਾਂਦੇ ਖਟੋਲੇ ਤੇ ਸੀਤਾ ਜੀ ਦਾ ਚਿਹਰਾ ਦੇਖ ਲਿਆ ਤੇ ਉਹ ਰਾਵਣ ਤੋਂ ਫਿਰ ਬਰਦਾਸ਼ਤ ਨਾ ਹੋਇਆ ਜੀ। ਤੇ ਫਿਰ ਕਿਸੇ ਤਰ੍ਹਾਂ ਰਾਮ ਚੰਦਰ ਉੱਥੋਂ ਆਣ ਕੇ ਫਿਰ ਇਹਨੇ ਜਦੋਂ ਆਣ ਕੇ ਸੀਤਾ ਦੇ ਮੱਥੇ ਲੱਗਿਆ ਬਾਲ ਆਪਦਾ ਭੀਸ ਵਟਾ ਕੇ ਸਾਧੂ ਜੀ, ਤੇ ਉਹਨਾਂ ਨੂੰ ਕਹਿੰਦਾ ਵੀ ਭਿੱਖਿਆ ਦਿਓ, ਤੇ ਸੀਤਾ ਜੀ ਕਹਿੰਦੇ ਵੀ ਭਿੱਖਿਆ ਮੈਂ ਬਾਹਰ ਆ ਕੇ ਨਹੀਂ ਪਾ ਸਕਦੀ, ਅੰਦਰ ਲੈ ਲਓ। ਤੇ ਅੰਦਰ ਇਹ ਨਹੀਂ ਜਾ ਸਕਦਾ ਕਿਉਂਕਿ ਉੱਥੇ ਕਾਰ ਹੋਈ ਸੀ ਲਕਸ਼ਮਣ ਦੀ ਜੀ। ਉਹ ਕਹਿੰਦਾ ਬਈ ਹਾਂ ਲਕਸ਼ਮਣ ਦੇ ਪਊਏ ਪਏ ਰੱਖ ਕਾਰ ਦੇ ਉੱਤੇ ਤੇ ਆਣ ਕੇ ਬਾਹਰ ਭਿੱਖਿਆ ਦੇਣੇ, ਮੈਂ ਤੈਨੂੰ ਸ਼ਰਾਬ ਦਿੰਦਾ। ਉਦੋਂ ਸ਼ਰਾਬ ਤੋਂ ਦੁਨੀਆਂ ਬਹੁਤ ਡਰਦੀ ਸੀ। ਅੱਛਾ ਜੀ। ਉਹਨੇ ਜਦੋਂ ਪਊਏ ਰੱਖੇ ਤੇ ਉਹ ਸ਼ਾਂਤ ਹੋ ਗਈ ਤੇ ਸੀਤਾ ਜੀ ਬਾਹਰ ਆ ਗਏ ਤੇ ਇਹ ਬਰੂਪੀਆ ਬਣਿਆ ਸੀਤਾ ਜੀ ਨੂੰ ਚੱਕ ਕੇ ਲੈ ਗਿਆ। ਹਾਂਜੀ ਹਾਂਜੀ। ਜਦੋਂ ਇਹ ਚੱਕ ਲੈ ਜਾਂਦਾ ਵਾ
ਬੇਅੰਤ ਤਰ੍ਹਾਂ ਦੇ ਡਰਾਉਣੇ ਰੂਪ ਦਿੱਤੇ, ਪਰ ਧਰਮੀ ਸੀਤਾ ਜੀ ਡੋਲੀ ਨੇ ਇਹਦੇ ਬਕਾਵਿਆਂ ਤੋਂ ਕਿਸੇ ਤਰ੍ਹਾਂ ਉਹਨੇ ਉਹਨਾਂ ਦਾ ਸਾਥ ਕਾਇਮ ਰਿਹਾ ਜੀ। ਤੇ ਫਿਰ ਉਹਦੇ ਭਰਾ ਭਗੀਰ ਮੁੜ ਕੇ ਜਦੋਂ ਇਹਨਾਂ ਦਾ ਸਮਾਂ ਬੀਤਿਆ, ਫਿਰ ਉਹਦੇ ਭਰਾ ਇਹਨਾਂ ਨੂੰ ਮਾਰ ਕੇ ਉਹਦੇ ਭਰਾ ਭਵੀਖਣ ਨੂੰ ਰਾਜ ਲੰਕਾ ਦਾ ਦਵਾਇਆ ਸੀ, ਰਾਜ ਤਖ਼ਤ ਤੇ ਭਰਾ ਭਵੀਖਣ ਨੂੰ ਬਿਠਾਇਆ ਸੀਤਾ ਨੂੰ ਨਾਲ ਲੈ ਕੇ, ਤੇ ਮੁੜ ਭਾਰਤ ਵਿੱਚ ਆਏ। 14 ਸਾਲ ਪਿੱਛੋਂ ਅਯੁੱਧਿਆ ਵਿੱਚ ਆਏ ਤੇ ਉਸ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ, ਜੋ ਹੁਣ ਅੱਜ ਤੱਕ ਵੀ ਚੱਲਦੀ ਹੈ ਜੀ। ਦੀਵਾਲੀ ਵਾਲੀ ਰਾਤ ਨੂੰ ਸਾਰੇ ਭਾਰਤ ਵਿੱਚ ਕੀਤੀ ਜਾਂਦੀ ਹੈ। ਆਪ ਦਾ ਰਾਜ ਬਹੁਤ ਸੁੱਖ ਦੇਣ ਵਾਲਾ ਸੀ ਤੇ ਦੀਪਮਾਲਾ ਉਸ ਕਰਕੇ ਅੱਜ ਤੱਕ ਵੀ ਚੱਲਦੀ ਹੈ ਤੇ ਸਦਾ ਚੱਲਦੀ ਵੀ ਰਹਿਣੀ ਆ। ਜੀ 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 ਬਿਲਕੁਲ ਜੀ। ਚਲੋ ਤੇ ਇਸ ਤਰ੍ਹਾਂ ਰਾਮ ਚੰਦਰ ਜੀ ਦੀ ਲੋੜ ਅੱਜ ਵੀ ਉਸ ਰਾਮ ਰਾਜ ਨੂੰ ਦੁਨੀਆ ਲੋੜਦੀ ਹੈ ਤੇ ਉਦੋਂ ਵੀ ਲੋੜਦੀ ਸੀ। ਤੇ ਇਸ ਤਰ੍ਹਾਂ ਆਖਰ ਫਿਰ ਉਹਨਾਂ ਦਾ ਸਤ ਕਾਇਮ ਰਿਹਾ ਤੇ ਰਾਵਣ ਦਾ ਕਾਲ ਤੇ ਫਿਰ ਜਿਹੜਾ ਹੋਇਆ ਉਹ ਤੁਸੀਂ ਵੀ ਜਾਣਦੇ ਆ ਜੀ, ਤੇ ਦੁਨੀਆ ਵੀ ਜਾਣਦੀ ਆ। ਹਾਂਜੀ। ਤੇ ਇਹਦੇ ਪਰਥਾਏ ਮੈਂ ਅੱਗੇ ਆਪਦੇ ਨਾਲ ਇੱਕ ਦੋ ਟਬਾਈਆਂ ਸਾਂਝੀਆਂ ਕਰਦਾ ਜੀ। ਜੀ ਮੈਨੂੰ ਜਾਪਦਾ ਇਹ ਹੈ ਨਾਮ ਅਮਕਨ, ਤੁਹਾਡੇ ਪਹਿਲੂ ਵਿੱਚ ਯਾਰ ਨਹੀਂ ਹੋ ਸਕਦਾ ਜੀ। ਮੈਨੂੰ ਜਾਪਦਾ ਹੈ ਇਹ ਨਾਮ ਅਮਕਨ, ਤੁਹਾਡੇ ਪਹਿਲੂ ਵਿੱਚ ਯਾਰ ਨਹੀਂ ਹੋ ਸਕਦਾ। ਦਿਲੋਂ ਕੱਢ ਦੇ ਕਾਮ ਖਿਆਲੀਆਂ ਨੂੰ, ਅਜੇ ਤੈਨੂੰ ਦੀਦਾਰ ਨਹੀਂ ਹੋ ਸਕਦਾ ਜੀ। ਖਿਆਲ ਗੈਰ ਦਾ ਵੀ ਤੇਰੇ ਦਿਲ ਵਿੱਚ ਹੈ, ਕਦੇ ਆਏ ਤੇ ਪਿਆਰ ਨਹੀਂ ਹੋ ਸਕਦਾ। ਤੇਰੇ ਵਿੱਚ ਤੇ ਯਾਰ ਵਿੱਚ ਕੰਧ ਆਈ, ਉਹ ਬਗਲ ਦੀ ਬਗਲਗੀਰ ਦਿਲਦਾਰ ਨਹੀਂ ਹੋ ਸਕਦਾ। ਤੇਰੇ ਵਿੱਚ ਤੇ ਯਾਰ ਵਿੱਚ ਕੰਧ ਆਈ, ਬਗਲਗੀਰ ਦਿਲਦਾਰ ਨਹੀਂ ਹੋ ਸਕਦਾ। ਰਾਵਣ ਅਰਗਾ ਬਗਲਗੀਰ ਦਿਲਦਾਰ ਨਹੀਂ ਹੋ ਸਕਦਾ, ਤੇ ਸੀਤਾ ਤੇ ਰਾਮ ਵਰਗੇ ਅਵਤਾਰ ਨਹੀਂ ਹੋ ਸਕਦੇ। ਨਮਸਕਾਰ ਉਹਨਾਂ ਦੀਆਂ ਕਮਾਈਆਂ ਨੂੰ ਤੇ ਧੰਨ ਧੰਨ ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਅੰਜਾਨ ਸਾਹਿਬ, ਬਹੁਤ ਮਿਹਰਬਾਨੀ ਜੀ। ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਸਾਡੇ ਦਰਸ਼ਕ ਸੁਣੀ ਜੀ, ਇਹ ਬੜੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਸੀਗਾ ਸੀਤਾ ਜੀ ਦੇ ਮਾਤਾ ਕੌਣ ਨੇ। ਸੋ ਵਧੀਆ ਦੱਸਿਆ ਸਾਰਾ ਜੀ, ਉਮੀਦ ਕਰਦਾ ਚੰਗਾ ਲੱਗਿਆ ਹੋਊਗਾ ਅੰਜਾਨ ਸਾਹਿਬ ਦੀ ਸਾਰੀ ਗੱਲਬਾਤ। ਅਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡੀ ਕਾਲਾ ਵਾਲੇ ਪਾਸੇ ਚੱਲਾਂਗੇ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਜ਼ਰ ਹਾਂ ਇੱਕ ਵਾਰ ਫਿਰ, ਅਤੇ ਨਾਲ ਦੀ ਨਾਲ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਸਿਲਸਿਲਾ ਵੀ ਆਪਾਂ ਸ਼ੁਰੂ ਕਰ ਸਕਦੇ, ਜਿੰਨਾ ਵੀ ਸਮਾਂ ਬਚਿਆ ਜ਼ਰੂਰ ਕਰ ਲੈਣ ਦੀ ਕੋਸ਼ਿਸ਼ ਕਰਾਂ। ਪਰ ਉਸ ਤੋਂ ਪਹਿਲਾਂ ਗੱਲ ਕਰੀਏ, ਦੋ ਗੱਲਾਂ ਨੇ, ਤਿੰਨ ਗੱਲਾਂ ਨੇ ਜਿਨ੍ਹਾਂ 'ਤੇ ਆਪਾਂ ਗੱਲ ਕਰ ਸਕਦੇ ਹਾਂ, ਹੈਗੀਆਂ ਕਰੋਨਾ ਨਾਲ ਸੰਬੰਧਿਤ ਹੀ ਹੈਗੀਆਂ। ਇੱਕ ਤਾਂ ਇਹ ਹੈ ਵੀ ਜਿੱਥੇ ਸਾਰਾ ਕੁਝ ਬੰਦ ਆ ਅਤੇ IPL ਮੈਚ ਕਿਉਂ ਚੱਲ ਰਹੇ ਨੇ, ਪੂਰੀ ਦੁਨੀਆ ਤੋਂ ਲਾਹਨਤਾਂ ਪੈ ਰਹੀਆਂ ਨੇ, ਖਿਡਾਰੀ ਛੱਡ ਛੱਡ ਕੇ ਜਾ ਰਹੇ ਆ, IPL ਜਿਹੜਾ ਟੂਰਨਾਮੈਂਟ ਕ੍ਰਿਕਟ ਦਾ ਹੋ ਰਿਹਾ। ਔਰ ਪਾਕਿਸਤਾਨ ਦੇ ਅੱਜ ਸੋਏਬ ਅਖਤਰ ਨੇ ਵੀ ਵੀਡੀਓ ਪਾਈ ਆ, ਉਹ ਵੀ ਲੱਖ ਲਾਹਨਤਾਂ ਪਾ ਰਿਹਾ ਭਾਰਤੀ ਸਿਸਟਮ ਨੂੰ, ਭਾਰਤੀ ਸਰਕਾਰਾਂ ਨੂੰ, ਵੀ ਤੁਹਾਨੂੰ ਕਰੋਨਾ ਦੀ ਪਈ, ਇਹਦੀ ਪਈ ਆ, ਕ੍ਰਿਕਟ ਦੀ ਪਈ ਆ, ਕਰੋਨਾ ਧਿਆਨ ਰੱਖੋ, ਲੋਕਾਂ ਨੂੰ ਜਿਹੜੀ ਚੀਜ਼ ਲੋੜ ਆ ਉਹ ਮੁਹੱਈਆ ਕਰਾਓ। ਇੱਕ ਤਾਂ ਇਹ ਚਾਰਜ ਫਿਰ ਹੋ ਰਿਹਾ। ਦੂਜਾ ਇਹ ਸੀਗਾ ਕਿ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਲਾਈਨਾਂ ਕੁਛ ਜ਼ਿਆਦਾ ਹੀ ਲੱਗੀਆਂ ਬੈਂਕਾਂ ਦੇ ਵਿੱਚ। ਪਹਿਲਾਂ ਅਸੀਂ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਸੀਗੀਆਂ ਜਦੋਂ ਨੋਟਬੰਦੀ ਹੋਈ ਆ, ਅਤੇ ਹੁਣ ਜਿਹੜੀਆਂ ਲਾਈਨਾਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਬਹੁਤ ਸਾਰੇ ਸ਼ਮਸ਼ਾਨ ਘਾਟਾਂ ਦੇ ਵਿੱਚ, ਕਿ 20-20 ਘੰਟੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਲੋਕਾਂ ਨੂੰ। ਅਤੇ ਜਿਹੜੀ ਮੇਨ ਗੱਲ ਮੈਂ ਇਹ ਕਰਨੀ ਚਾਹੁੰਦਾ ਕਿ ਹਾਈ ਕੋਰਟ ਨੇ ਇਹ ਕਿਹਾ ਕਿ ਕਰੋਨਾ ਲਈ ਜ਼ਿੰਮੇਵਾਰ ਚੋਣ ਕਮਿਸ਼ਨਰ ਜ਼ਿਆਦਾ, ਜਿਹੜੇ 5 ਰਾਜਾਂ ਦੇ ਵਿੱਚ ਵੋਟਾਂ ਸੀਗੀਆਂ। ਔਰ ਇਹ ਵੀ ਕਿਹਾ ਗਿਆ ਜੀ ਉੱਤੇ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ, ਕਿਉਂਕਿ ਚੋਣ ਕਮਿਸ਼ਨਰ ਕਿਹਦਾ ਆਪਾਂ ਨੂੰ ਪਤਾ ਹੀ ਹੈ, ਚੋਣ ਕਮਿਸ਼ਨਰ ਸਰਕਾਰਾਂ ਦਾ, ਅਤੇ ਸਰਕਾਰਾਂ ਦੇ ਕਹੇ ਉਹਨੇ ਜੋ ਕਰਨਾ ਕਰਨਾ। ਅਤੇ ਹੁਣ ਉਹਨੇ ਹਾਈ ਕੋਰਟ ਦੇ ਕਹਿਣ 'ਤੇ ਪਾਬੰਦੀ ਲਾਈ ਹੈ ਵੀ ਜਿਹੜੀ ਸਰਕਾਰ ਕੋਈ ਜਿੱਤੂਗੀ, ਜਿਹੜੇ ਵੀ ਲੋਕ ਜਿੱਤਣਗੇ, ਉਹ ਜਿੱਤ ਦੇ ਜਲੂਸ ਨਹੀਂ ਕੱਢ ਸਕਦੇ।
पर मुकदी गल ये है कि सारा कुछ सरकार ते ही डिपेंड हो गया, सरकारां दा करके ही है। सो एक तो मैं ये कहना चाहुंदा वी चोण कमिश्नर इस वास्ते कि किन्ना क जिम्मेवार हैगा, दूजा सरकारां की कर सकदियां सी जिहड़ा उन्होंने कीता नहीं, जिहड़े हुण हालात ने भारत दे उन्होंने बचाउण लई की कर सकदियां जो उन्होंने कीता नहीं। हैलो, हाँ जी, सत श्री अकाल जी, तुसीं आउंदे रहो साहब मनजीत सिंह जी। हैलो, हाँ जी मनजीत सिंह जी आउंदे रहो जी तुसीं। हैलो जी, बिल्कुल मनजीत सिंह जी, तुसीं आउंदे रहो तो गल कर सकदे हो जी। सत श्री अकाल। ਸਤਿ ਸ੍ਰੀ ਅਕਾਲ ਜਗਤਾਰ ਸਿੰਘ ਜੀ, ਕੀ ਹਾਲ ਚਾਲ ਆ ਜੀ? ਠੀਕ ਠਾਕ ਹੋ? ਹਾਲਾਤ ਕੀ ਕਹਿੰਦੇ ਨੇ? ਇੰਡੀਆ ਦੇ ਬਹੁਤ ਮਾੜੇ ਹਾਲਾਤ ਜੋ ਲੱਗਦਾ ਹੈ, ਇਹ ਸਮਝ ਨਹੀਂ ਆਈ ਜੀ। ਕੀ ਸਮਝਦੇ ਹੋ, ਕੀ ਕਿੱਥੇ ਬਚਾਅ ਹੋ ਸਕਦਾ ਸੀ, ਸਰਕਾਰਾਂ ਕਿੱਥੇ ਕਰ ਸਕਦੇ? ਅਸੀਂ ਜੇ ਗੱਲ ਕਰੀਏ, ਚਲੋ ਬਾਕੀ ਪੰਜ ਰਾਜਾਂ ਦੇ ਵਿੱਚ ਤਾਂ ਰੈਲੀਆਂ ਸੀਗੀਆਂ, ਉਹਦਾ ਕਰਕੇ ਹੋ ਗਿਆ, ਅਤੇ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਕੀ ਲੱਗਦਾ ਕਿਉਂ ਹੋਇਆ? ਮਾੜਾ ਜਿਹਾ ਹੋਲਡ ਰੱਖਿਓ ਜੀ। ਮਨਜੀਤ ਸਿੰਘ ਜੀ, ਪੰਜਾਬ ਦੇ ਵਿੱਚ ਕਿਉਂ ਕੀ ਲੱਗਦਾ? ਪੰਜਾਬ 'ਚ ਇਹ ਨਹੀਂ ਸਮਝ ਆ ਰਹੀ ਵੀ ਇਹ ਲੋਕ ਹਰ ਵੇਲੇ ਕੋਈ ਆਪਣਾ ਕਿਸੇ ਤਰ੍ਹਾਂ ਦੀ ਆਪਣੀ ਪ੍ਰੋਬਲਮ ਆਉਂਦੀ ਹੈ, ਉਹਦੇ ਹੀ ਜਾ ਕੇ ਇਹਨਾਂ ਦਾ ਤਿਆਰੀ ਹੁੰਦੀ ਵੀ ਹੁਣ ਆਕਸੀਜਨ ਮੁੱਕੀ ਆ, ਹੋ ਗਿਆ ਪਹਿਲਾਂ ਉੱਤੇ ਪੈ ਰਹਿੰਦੇ। ਬਿਲਕੁਲ ਜੀ, ਬਿਲਕੁਲ। ਚਲੋ ਜੀ, ਦੇਖਦੇ ਹਾਂ, ਅਤੇ ਸਮਾਂ ਥੋੜ੍ਹਾ ਹੈ। ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਆਪਣਾ ਧੀਰ ਸਾਹਿਬ। ਹਾਂਜੀ, ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਇੱਕ ਤਾਂ ਚੋਣ ਕਮਿਸ਼ਨ ਦੀ ਗੱਲ ਚੱਲ ਰਹੀ ਹੈ, ਚੋਣ ਕਮਿਸ਼ਨ ਦੀ, ਚਲੋ ਉਹ ਤਾਂ ਪੰਜ ਰਾਜਾਂ 'ਚ ਹੈ, ਅਤੇ ਬਾਕੀ ਕਿਉਂ ਹਾਲਾਤ ਹੈ ਜੀ? ਕਿੱਥੇ ਸਰਕਾਰਾਂ ਗਲਤ ਨੇ ਅਤੇ ਕਿੱਥੇ ਅਸੀਂ ਗਲਤ ਹੈਗੇ, ਥੋੜ੍ਹੀ ਜਿਹੀ ਜਾਣਕਾਰੀ ਦੱਸੋ। ਪਹਿਲੀ ਗੱਲ ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਜੀ, ਅੱਜ ਮੈਂ ਇਹ ਮੋਦੀ ਮੀਡੀਆ 'ਤੇ ਸੁਣਿਆ ਬਾਬਾ ਰਾਮਦੇਵ ਨੂੰ ਜੀ। ਦੇਖੋ, ਇਹੋ ਜਿਹੇ ਲੋਕਾਂ ਨੂੰ ਦੱਸੋ ਇਹ ਭਾਜਪਾ ਮੋਦੀ ਦਾ ਸਪੋਰਟਰ, ਇਹ ਕਿਵੇਂ ਲੋਕੀ ਕਿਉਂ ਇਹਨਾਂ ਲੋਕਾਂ ਨੂੰ ਲਿਆ ਕੇ ਇਹੋ ਜਿਹੇ ਸਾਧਾਂ ਨੂੰ ਪ੍ਰਮੋਟ ਕਰਦੇ ਨੇ? ਉਹ ਕਹਿ ਰਿਹਾ ਹਾਂਜੀ ਬੱਚਿਆਂ ਦੇ ਬਾਰੇ ਜੀ, ਕਿ ਬੱਚਿਓ ਪਸੀਨਾ ਲਾਓ ਔਰ ਕੋਰੋਨਾ ਬਚਾਓ। ਅੱਛਾ, ਯੋਗਾ ਕਰੋ। ਤੁਸੀਂ ਦੇਖੋ ਹੁਣ ਜੇ ਆਪਣੇ ਜੱਗੀ ਜੀ, ਆਪਾਂ ਨੂੰ ਪਤਾ ਵੀ ਇੱਕ ਆਮ ਬੰਦਾ ਵੀ ਨਾ ਤਾਕਤਵਰ, ਉਹਨੂੰ ਕਰੋਨਾ ਹੋ ਜਾਵੇ, ਮੁੜ ਕੇ 3 ਮਹੀਨੇ ਬੰਦਾ ਉਹ ਕਮਜ਼ੋਰੀ ਹੋ ਜਾਂਦੀ ਹੈ, ਇੰਨੀ ਜ਼ਿਆਦਾ ਤਾਬ ਨਹੀਂ ਆਉਂਦਾ ਜੀ, ਤਾਬ ਨਹੀਂ ਆਉਂਦਾ, ਕਵਰ ਨਹੀਂ ਕਰ ਸਕਦਾ। ਹੁਣ ਇੱਕ ਬੱਚਾ ਛੋਟਾ ਬਿਮਾਰ ਹੋ ਜਾਵੇ, ਬੰਦਾ ਚਾਹੇ ਬੰਦਾ ਵੀ ਹੋਵੇ, ਉਹ ਬਿਮਾਰ ਹੋ ਜਾਵੇ, ਕੀ ਉਹ ਬਿਸਤਰੇ ਤੋਂ ਉੱਠ ਕੇ ਯੋਗਾ ਕਰੂਗਾ ਤੇ ਉਹ ਪਸੀਨਾ ਲੈ ਕੇ ਆਊ? ਇਹ ਤਾਂ ਜੀ ਸਾਰੇ ਆਪੋ ਆਪਣੀਆਂ ਦੁਕਾਨਦਾਰੀਆਂ 'ਚ ਆ ਰਹੇ। ਇੱਕ ਇਹ ਵੀ ਮੈਂ ਖਬਰ ਸੁਣ ਰਿਹਾ, ਤੁਹਾਡੀ ਖਬਰ ਤੋਂ ਮੈਨੂੰ ਗੱਲ ਯਾਦ ਆ ਗਈ, ਕਹਿੰਦੇ ਵੀ ਜਿਹੜੇ ਹੁਣ ਆਕਸੀਜਨ ਫਰੀ ਦੇ ਰਹੇ ਨੇ ਸਿੱਖਾਂ ਵੱਲੋਂ ਜਾਂ ਖਾਲਸਾ ਏਡ ਵੱਲੋਂ, ਉਹ ਕਹਿ ਰਹੇ ਆ ਸੇਵਾ ਜਾਂ ਸਾਜਿਸ਼, ਜੇ ਇੱਕ ਸਾਜਿਸ਼ ਹੈ ਜੇ ਕਰਨੇ ਕੀ ਵੋ ਕਰਨੇ ਕੀ, ਇਨਕੋ ਫੰਡਿੰਗ ਕਹਾਂ ਸੇ ਹੋ ਰਹੀ ਹੈ? ਦੱਸੋ ਕੈਸੀ ਗੱਲ ਹੈ, ਲੱਖ ਲੈਣ ਤੋਂ ਬੰਦਿਆਂ ਦੇ। ਚਾਹੀਦਾ ਤਾਂ ਇਹ ਸੀ ਕਿ ਉਹਨਾਂ ਨੂੰ ਸ਼ਾਬਾਸ਼ੇ ਦਿੰਦੇ ਤੇ ਉਹਨਾਂ ਦੀ ਤਾਰੀਫ ਕਰਦੇ, ਇਹਨਾਂ ਮੁਲਕਾਂ ਦੇ ਵਿੱਚ ਕਦਰ ਪਾਈ ਜਾਂਦੀ ਆ, ਉੱਥੇ ਤਾਂ ਸਾਡੇ ਸਿੱਖ ਹੋਣ ਕਰਕੇ ਉਹਨਾਂ ਨੇ ਸਿੱਖਾਂ ਨੂੰ ਥੱਲੇ ਹੀ ਲਾਉਣਾ, ਥੱਲੇ ਲਾਉਣਾ ਜੀ, ਬਹੁਤ ਮਾੜਾ। ਸਿੱਖਾਂ ਦੀ ਕਦੇ ਤਾਰੀਫ ਨਹੀਂ ਕਰਨੀ, ਆਪ ਕੁਛ ਕਰਨਾ ਨਹੀਂ। ਟਾਈਟਲ ਦੇਖੋ, ਟਾਈਟਲ ਸੇਵਾ ਜਾਂ ਸਾਜਿਸ਼, ਆਕਸੀਜਨ ਫਰੀ ਦੇਣਾ ਸੇਵਾ ਜਾਂ ਸਾਜਿਸ਼, ਜੇ ਇਹ ਆਕਸੀਜਨ ਲਿਆ ਕੇ ਦੇਣ ਦਿਆ, ਤੁਸੀਂ ਕਿਉਂ ਨਹੀਂ ਲਿਆ ਕੇ ਦਿੰਦੇ? ਹਾਂਜੀ, ਤੁਹਾਨੂੰ ਕੌਣ ਰੋਕਦਾ, ਤੁਸੀਂ ਲਿਆ ਕੇ ਦਵੋ। ਹਾਂਜੀ, ਉੱਥੇ ਯੂਪੀ ਦੇ ਵਿੱਚ ਤਾਂ ਲੋਕੀ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਫੱਟੇ ਲਾ ਕੇ ਬੈਠੇ ਨੇ ਵੀ ਇੱਥੇ ਆਪਣੇ ਮੁਰਦਿਆਂ ਨੂੰ ਨਾ ਲੈ ਕੇ ਆਵੋ। ਯੋਗੀ ਆਦਿੱਤ ਨਾਥ ਕਹਿੰਦਾ ਸਾਡੇ ਕੋਲ ਆਕਸੀਜਨ ਬੜੀ ਆਈ ਹੈ, ਆਵੋ ਕੀ ਇਹ ਲੋਕੀ ਸਭ ਡਰਾਮੇਬਾਜ਼ੀਆਂ ਜੀ, ਸਭ ਡਰਾਮੇਬਾਜ਼ੀਆਂ ਧੀਰ ਸਾਹਿਬ। ਜਦੋਂ ਉਸ ਦੇਸ਼ ਦੇ ਲੋਕ ਇਹੋ ਜਿਹੇ ਲੀਡਰ ਚੁਣ ਗਏ, ਮਾੜੀ ਸਰਕਾਰ, ਤਾਂ ਫਿਰ ਦੇਸ਼ ਦਾ ਫਿਰ ਆਹ ਹਾਲ ਹੋਣਾ ਹੀ ਆ ਜੀ। ਮਿਹਰਬਾਨੀ ਧੀਰ ਸਾਹਿਬ ਤੁਹਾਡੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ ਜੀ। ਸਮਾਂ ਥੋੜ੍ਹਾ ਅਸਲ 'ਚ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੇ ਬਾਜਵਾ ਸਾਹਿਬ। ਸਾਡੀ ਟੀਮ ਜਦੋਂ ਗਈ ਸੀ ਤੇ ਉਹ ਯਾਦ ਆਉਂਦਾ ਹਜੇ ਵੀ ਤੁਹਾਡਾ ਪਿਆਰ ਸਾਰਾ, ਬਹੁਤ ਬਹੁਤ ਜ਼ਿਆਦਾ। ਇਨਸਾਨੀ ਫਰਜ਼ ਹੀ ਬਣਨਾ ਜੀ, ਇਸ ਤਰ੍ਹਾਂ ਨਹੀਂ ਕੋਈ ਤੁਹਾਨੂੰ ਕੋਈ ਬਹੁਤ ਨਹੀਂ ਜੋ ਅਸੀਂ ਕਰ ਸਕੇ ਕੀਤਾ, ਨਹੀਂ ਬਹੁਤ ਜ਼ਿਆਦਾ, ਬਹੁਤ ਵਧੀਆ। ਚਲੋ ਮਿਹਰਬਾਨੀ ਜੀ, ਅਤੇ ਕੀ ਕਹਿਣਾ ਚਾਹੁੰਦੇ ਬਾਜਵਾ ਸਾਹਿਬ? ਆਪਾਂ ਹਾਲਾਤ ਸਾਹਮਣੇ ਹੀ ਹੈ, ਚੋਣ ਕਮਿਸ਼ਨਰ ਨੂੰ ਕਹਿੰਦੇ ਵੀ ਕਤਲ ਦਾ ਕੇਸ ਹੋਣਾ ਚਾਹੀਦਾ ਉੱਤੇ, ਕਤਲਾਂ ਦਾ। ਮੈਂ ਚੋਣ ਕਮਿਸ਼ਨ ਨੇ ਵੀ ਕਰਦਾ, ਪਰ ਮੈਂ ਪਹਿਲਾਂ ਉਦੋਂ ਜਿਹੜੀ ਆਪਣੀ ਕੱਲ੍ਹ ਵੀ ਗੱਲ ਹਾਂਜੀ ਤੁਸੀਂ ਮੁੱਦਾ ਕੀਤਾ ਸੀ ਵੀ ਜਿਹੜੇ ਐਕਟਰ ਜੀ
ਜਿਹੜੇ ਸਟਾਰ ਪਲੇਅਰਸ ਤੇ ਪੋਲੀਟੀਸ਼ੀਅਨ ਜੀ, ਇਹ ਐਕਚੁਅਲੀ ਜਿਹੜੀਆਂ ਤਿੰਨੇ ਕਲਾਸਾਂ ਹੈ ਦੇਖਿਆ ਜਾਏ ਤੇ ਇਹਨਾਂ ਦਾ ਲਿੰਕ ਸਿੱਧਾ ਡਾਇਰੈਕਟ ਪਬਲਿਕ ਨਾਲ ਹੈ। ਹਾਂਜੀ ਬਿਲਕੁਲ, ਔਰ ਇਹ ਪਬਲਿਕ ਦੀ ਗੁੱਡਵਿਲ ਤੇ ਇਹਨਾਂ ਦੀ ਤਰੱਕੀ ਜਾਂ ਇਹਨਾਂ ਦਾ ਪਾਸਾ ਡਾਊਨ ਹੁੰਦਾ। ਬਿਲਕੁਲ ਜੀ, ਹੁਣ ਦੇਖੋ ਆਪਾਂ ਇੱਥੇ ਅਮੈਰੀਕਾ 'ਚ ਤੁਹਾਨੂੰ ਵੀ ਵਾਹਵਾ ਚਿਰ ਹੋ ਗਿਆ ਹੈ, ਹੁਣ ਇੱਥੇ ਜਿਹੜੇ ਪਲੇਅਰ ਹੈ ਇਹ ਪ੍ਰੈਜ਼ੀਡੈਂਟ ਦੇ ਵੀ ਬਿਆਨ ਨੂੰ ਰਿਜੈਕਟ ਕਰ ਦਿੰਦੇ ਆ ਕਈ ਵਾਰੀ। ਹਾਂਜੀ, ਅਸੀਂ ਦੇਖਿਆ ਵੀ ਜਿਵੇਂ ਕੈਪਰਨਿਕ ਪਲੇਅਰ ਸੀ ਫੁੱਟਬਾਲ ਦਾ ਜਾਂ ਹੋਰ ਹੈ ਬਲੈਕ ਲਾਈਵ। ਸੋ ਇਹਨਾਂ ਇਹ ਰੋਲ ਮਾਡਲ ਹੈ ਸਾਡੀ ਸੁਸਾਇਟੀ ਦੇ, ਇਹਨਾਂ ਨੂੰ ਸੁਸਾਇਟੀ ਦਾ ਨਫ਼ਾ ਨੁਕਸਾਨ ਭਾਫਣ ਦਾ ਬਿਲਕੁਲ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਸਾਡੇ ਪੈਸਿਆਂ ਅਤੇ ਲੋਕਾਂ ਦੇ, ਠੀਕ ਹੈ ਪਰਫਾਰਮ ਕਰਦੇ ਆ ਲੋਕ ਇਹਨਾਂ ਨੂੰ ਵੇਖਣ ਜਾਂਦੇ ਆ ਕਿੰਨੇ ਕਿੰਨੇ ਪੈਸੇ ਦਿੰਦੇ। ਬਿਲਕੁਲ, ਬਾਕੀ ਜਿਹੜਾ ਪੋਲੀਟੀਸ਼ੀਅਨ ਹੈ ਜੀ ਉਹ ਤਾਂ ਟੋਟਲੀ ਲੋਕਾਂ 'ਤੇ ਪਲਦਾ, ਉਹਦਾ ਤਾਂ ਕੋਈ ਫਾਇਦਾ ਹੀ ਹੈ ਨਹੀਂ, ਖਾਸ ਕਰਕੇ ਇੰਡੀਆ 'ਚ ਅੱਜ ਦੇ ਦਿਨ 'ਚ ਕਿਸੇ ਸਿਆਸਤਦਾਨ ਦਾ ਕੋਈ ਫਾਇਦਾ ਨਹੀਂ ਹੈ। ਮਤਲਬ ਮੈਂ ਕੱਲ੍ਹ ਜਿਵੇਂ ਗੱਲ ਕਰਦਾ ਸੀ ਵੀ 117 MLA ਅਤੇ 13 MP ਪੰਜਾਬ ਦੀ ਜੇ ਇਕੱਲੀ ਗੱਲ ਕਰ ਲਈਏ ਤਾਂ ਕਿਸੇ ਨੇ ਕੁਛ ਨਹੀਂ ਕੀਤਾ। ਨਾ ਦੇਖੋ ਜੀ, ਮਤਲਬ ਹੁਣ ਤਾਂ ਇੰਨਾ ਕੰਮ ਥੱਲੇ ਆ ਗਿਆ ਭਾਈ ਉਹ ਗੱਲ ਹੀ ਨਹੀਂ ਰਹੀ। ਅੱਜ ਦੂਜੇ ਤੁਸੀਂ ਆ ਚੋਣ ਕਮਿਸ਼ਨ ਦੀ ਗੱਲ ਕਰਦੇ, ਹਾਂਜੀ ਹੁਣ ਚੋਣ ਕਮਿਸ਼ਨ ਨੂੰ ਪਹਿਲਾਂ ਪਤਾ ਹੋਵੇ ਵੀ ਇਹ ਕਰੋਨਾ ਉੱਥੇ ਆਏ ਨੂੰ 1 ਸਾਲ ਤੋਂ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਜਦੋਂ ਚੱਲਿਆ, ਭਾਈ ਤੁਸੀਂ ਕੋਈ ਇਹੋ ਜਿਹੀਆਂ ਚੀਜ਼ਾਂ ਬਣਾਓ, ਰੈਲੀਆਂ 'ਤੇ ਕੋਈ ਰਿਸਟ੍ਰਿਕਸ਼ਨ ਲਾਓ ਜੀ। ਅਗਰ ਉਹ ਬੰਗਾਲ ਦੇ ਵਿੱਚ, ਆਸਾਮ ਦੇ ਵਿੱਚ, ਕਰਨਾਟਕਾ 'ਚ ਇਲੈਕਸ਼ਨ ਆ, ਉੱਥੋਂ ਦੇ ਲੋਕ ਤਾਂ ਚਲੋ ਆਪੇ ਨਜਿੱਠ ਲੈਣਗੇ ਉੱਥੇ ਰਹਿੰਦੇ, ਇਹ ਦਿੱਲੀਓਂ ਰਾਜਸਥਾਨ 'ਚੋਂ ਇਹ ਆਪਣੇ ਚੀਫ ਮਿਨਿਸਟਰ, ਆਪਣੇ ਪ੍ਰਾਈਮ ਮਿਨਿਸਟਰ, ਇਹਨਾਂ ਦਾ ਕੀ ਕੰਮ ਆ? ਆਪਣੇ ਪੰਜਾਬ ਤੋਂ ਬਹੁਤ ਲੋਕ ਗਏ ਸੀ, ਕਿਸਾਨ ਬਹੁਤ ਗਏ ਸੀ, ਮਤਲਬ ਇਹ ਜਾਣਾ ਨਹੀਂ ਚਾਹੀਦਾ ਜੀ ਜਦੋਂ ਇੱਕ ਇਹੋ ਜਿਹੀ ਚੀਜ਼ ਹੈ। ਫਿਰ ਉਹ ਜਿਹੜਾ ਉੱਥੇ ਚੱਲ ਗਏ ਸੀਗੇ ਹਰਿਦੁਆਰ ਨਹਾਉਣ, ਹਾਂਜੀ ਹਾਂਜੀ ਉਹ ਵੀ ਸਾਰੇ ਮੌਤ ਨੂੰ ਵਾਜਾਂ ਦੇ ਲੋਕ ਖੁਦ ਮਾਰ ਰਹੇ। ਸਹੀ ਗੱਲ ਹੈ, ਸਹੀ ਗੱਲ ਹੈ ਜੀ। ਬਸ ਤੁਸੀਂ ਪੋਲੀਟੀਸ਼ੀਅਨਾਂ ਦੇ ਵੋਟ ਬਣਾਉਣ ਵਾਸਤੇ ਜੇ ਤੁਹਾਨੂੰ ਉਹ ਬੱਸ ਦਾ ਕਿਰਾਇਆ ਜਾਂ ਦਿਹਾੜੀ ਦੀ ਰੋਟੀ ਫ੍ਰੀ ਦੇ ਦਿੰਦੇ ਆ, ਤੁਸੀਂ ਕੁਝ ਆਪਣਾ ਸੋਚੋ। ਆਪਣਾ ਨਹੀਂ ਸੋਚਦੇ ਜੀ, ਗਵਰਨਮੈਂਟ ਐਡਮਿਨਿਸਟ੍ਰੇਸ਼ਨ ਨੂੰ। ਆਮ ਬੰਦਿਆਂ ਨੂੰ ਐਵੇਂ ਡੰਡੇ ਮਾਰੀ ਤੁਰੇ ਜਾਂਦੇ ਆ, ਰਿਕਸ਼ਾ ਰੋਕ ਲਿਆ, ਕਿਸੇ ਦਾ ਸਾਈਕਲ ਰੋਕ ਲਿਆ ਜੀ। ਬਾਜਵਾ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ। ਵੈਸੇ ਪਲੇਅਰਾਂ ਦੀ ਤੁਸੀਂ ਗੱਲ ਕੀਤੀ ਹੈ, ਭਾਰਤ ਦੇ ਕਿਸੇ ਪਲੇਅਰ ਨੇ ਕੋਈ ਹੈਲਪ ਨਹੀਂ ਕੀਤੀ। ਅੱਜ ਆਸਟ੍ਰੇਲੀਆ ਦੇ ਇੱਕ ਹੋਰ ਪਲੇਅਰ ਨੇ, ਕ੍ਰਿਕਟ ਪਲੇਅਰ ਨੇ, $50,000 ਭਾਰਤ ਦੇ ਆਕਸੀਜਨ ਵਾਸਤੇ ਦੇਣ ਦਾ ਐਲਾਨ ਕੀਤਾ। ਸਾਡੇ ਪਲੇਅਰ ਤੇ ਜਿਹੜੇ ਸਾਡੇ ਐਕਟਰ ਆ ਉਹ ਤਾਂ ਸਗੋਂ ਸਾਡੀ ਬਖਤੋਈ ਕਰਦੇ ਜੇ ਕੋਈ ਅੱਗੋਂ ਕਹਿੰਦਾ ਉਹਦੇ ਉਲਟ ਬੋਲਦੇ ਜੀ। ਮਿਹਰਬਾਨੀ, ਪਤਾ ਨਹੀਂ ਕੀ MP ਬਣ ਕੇ ਕੀ ਲੈਣਾ ਇਹਨਾਂ ਨੇ ਵੱਧ ਰਾਜ ਸਭਾ ਦੇ, ਹੁਣ ਨਹੀਂ ਮਿਲਦਾ। ਮਿਹਰਬਾਨੀ, ਬਹੁਤ ਮਿਹਰਬਾਨੀ ਆਪਣਾ ਬਾਜੀ ਸਾਹਿਬ, ਸਮਾਂ ਨਹੀਂ ਹੈਗਾ ਅਤੇ ਨਾਲ ਦੀ ਨਾਲ ਮੈਂ ਅਗਰ ਗੱਲ ਕਰਾਂ, ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਦਾ ਸਮਾਂ ਵੀ ਅੱਗੇ ਲੰਘ ਗਿਆ। ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਅਗਰ ਸਮਾਂ ਬਚਿਆ ਤਾਂ ਜ਼ਰੂਰ ਕਾਲ ਲਾ ਲਵਾਂਗੇ, ਲੇਕਿਨ ਅਦਰਵਾਈਜ਼ ਵਾਪਸ ਤਾਂ ਜ਼ਰੂਰ ਆਉਂਦੇ ਹਾਂ, ਦੇਖਦੇ ਰਹੋ ਜਸ ਪੰਜਾਬ। ਪ੍ਰੋਗਰਾਮ ਦਾ ਸਮਾਂ ਖਤਮ ਹੈ, ਕਾਲਾਂ ਦਾ ਸਿਲਸਿਲਾ ਅੱਗੇ ਨਹੀਂ ਤੋਰ ਹੋਣਾ, ਕੱਲ੍ਹ ਨੂੰ ਆ ਕੇ ਫਿਰ ਤੁਹਾਡੀਆਂ ਹੋਰ ਕਾਲਾਂ ਲਵਾਂਗੇ। ਉਮੀਦ ਕਰਦੇ ਹਾਂ ਬਈ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹਾਲਾਤ ਨੇ ਉਹਦੇ 'ਚ ਕੁਝ ਸੁਧਾਰ ਆਏਗਾ, ਚੰਗੀ ਗੱਲ ਹੈ, ਬਹੁਤ ਉਮੀਦ ਹੈ ਇਸ ਗੱਲ ਦੀ। ਬਾਕੀ ਫਿਰ ਉਹੀ ਗੱਲ ਆ ਗਈ ਵੀ ਬਾਹਰਲੇ ਮੁਲਕਾਂ ਤੋਂ ਇੰਨੀ ਇਮਦਾਦ ਗਈ ਹੈ, ਹੈਲਪ ਗਈ ਆ, ਪਰ ਭਾਰਤ ਦੇ ਜਾ ਕੇ ਕਿਸੇ ਲੀਡਰ ਨੇ, ਕਿਸੇ MLA ਨੇ, ਕਿਸੇ MP ਨੇ, 543 MP ਨੇ, ਅਤੇ ਆਪਣੇ ਪੰਜਾਬ ਦੀ ਇਕੱਲੇ ਗੱਲ ਕਰੀਏ ਤਾਂ 117 MLA ਨੇ, ਅਤੇ ਬਾਕੀ ਹੋਰ ਪੂਰੀ ਸਟੇ ਪੂਰੀ ਮੁਲਕ ਦੇ ਪੰਨੇ ਕਿੰਨੇ MLA ਹੋਣੇ ਆ। ਕਿਸੇ ਨੇ ਵੀ ਇਹ ਕਿਹਾ ਹੋਵੇ ਵੀ ਅਸੀਂ 1 ਮਹੀਨੇ ਤਨਖਾਹ ਜਿਹੜੀ ਆ ਉਹ ਕਰੋਨਾ ਪੀੜਤਾਂ ਨੂੰ ਜਾਂ ਕਰੋਨਾ ਦੇ ਵਾਸਤੇ ਦਿੰਦੇ ਹਾਂ, ਇਹ ਛੇਮ ਸਾਡੇ ਮੁਲਕ ਦੀ ਪਹਿਲਾਂ ਹੀ ਕਰਦੇ ਹੋਣੇ, ਇਹ ਚੀਜ਼ਾਂ ਸਿਸਟਮ ਦਾ ਹੀ ਹਮੇਸ਼ਾ ਰੋਣਾ ਰੋਈਦਾ, ਉਹੀ ਹੁਣ ਰੋ ਰਹੇ ਹਾਂ। ਅਤੇ ਚਲੋ ਜੀ, ਪ੍ਰੋਗਰਾਮ ਸਮਾਪਤ ਕਰਦੇ ਹਾਂ, ਕੋਈ ਗੱਲਬਾਤ ਹੋਵੇ ਈਮੇਲ ਕਰ ਦਿਉ jaggi@jasbroadcasting.com ਜਾਂ ਫਿਰ info@jasbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਮੇਰਾ ਸੈੱਲ ਨੰਬਰ 2950 ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।